ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਕੀਜਾ ਟਿਊਸ਼ਨਸ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦਾ ਤੁਹਾਨੂੰ ਪਤਾ ਹੀ ਹੈ ਸਭ ਨੂੰ ਕਿ ਜਿਹੜਾ ਆਪਣਾ 50 ਮੋਸਟ ਇੰਪੋਰਟੈਂਟ ਐਮਸੀਕਿਊਸ ਸੋਰਸਿਸ ਆਫ એનર્ਜੀ ਦੇ ਹਨਾ ਉਹਦਾ ਇੱਕ ਪਾਰਟ ਹੋ ਗਿਆ ਸੀ ਮਤਲਬ 25 ਕੁਐਸ਼ਨਸ ਹੋ ਗਏ ਸੀ ਹੁਣ 25 ਕੁਐਸ਼ਨਸ ਰਹਿ ਗਏ ਨੇ ਠੀਕ ਹੈ ਉਹਨਾਂ ਨੂੰ ਅਟੈਂਪਟ ਕਰਦੇ ਹਾਂ ਚਲੋ ਫਰਸਟ ਕੁਐਸ਼ਨ ਦੇਖੋ ਫਰਸਟ ਕੁਸ਼ਨ ਦੇਖੋ ਕਹਿੰਦੇ ਸੋਈ 26th ਕੁਸ਼ਨ ਦੇਖੋ ਨੈਕਸਟ ਮਤਲਬ ਠੀਕ ਹੈ ਔਰ ਇਸ ਵੀਡੀਓ ਦਾ ਫਰਸਟ ਕੁਸ਼ਨ ਦੇਖੋ ਕਹਿੰਦੇ ਭਾਰਤ ਦਾ ਸਭ ਤੋਂ ਵੱਡਾ wind energy farm ਕਿੱਥੇ ਹੈ wind energy ਤੁਹਾਨੂੰ ਪਤਾ ਹੀ ਹੈ ਨਾ wind energy ਕਿੱਥੋਂ ਮਿਲਦੀ ਆਪਾਂ ਨੂੰ wind ਤੋਂ ਮਤਲਬ ਹਵਾ ਤੋਂ ਆਪਣੇ ਕੋਲ ਕੀ ਲੱਗਿਆ ਹੁੰਦਾ ਪੰਜਾਬੀ ਵਿੱਚ ਜਿਹਨੂੰ ਆਪਾਂ ਕਹਿੰਦੇ ਆ ਪੌਣ ਚੱਕੀ ਹੈ ਨਾ ਪੰਜਾਬੀ ਵਿੱਚ ਵਿੱਚ ਆਪਾਂ ਜਿਹਨੂੰ ਆਪਾਂ ਕਹਿੰਦੇ ਆ ਪੌਣ ਚੱਕੀ ਤੇ ਉਹ ਪੌਣ ਚੱਕੀ ਦੇ ਵਿੱਚ ਆਪਣੇ ਕੋਲ ਕਹਿੰਦੇ ਕੀ ਹੁੰਦਾ ਹੈ ਕਿ ਜਿਹੜੀ ਹਵਾ ਚਲਦੀ ਹੈ ਜਾਂ ਪੌਣ ਚਲਦੀ ਹੈ ਹੈਨਾ ਉਹ ਚੱਕੀ ਨੂੰ ਘੁਮਾਉਂਦੀ ਹੈ ਠੀਕ ਹੈ ਤੇ ਉਹ ਚੱਕੀ ਨੂੰ ਘੁਮਾ ਕੇ ਆਪਣ ਨੂੰ એનર્ਜੀ ਮਿਲਦੀ ਹੈ ਠੀਕ ਹੈ ਕੋਈ ਵੀ ਇਲੈਕਟ੍ਰੀਕਲ એનર્ਜੀ ਹੋਗੀ ਹੈਨਾ ਜਿਵੇਂ ਤਾਂ ਉਹਨੂੰ ਆਪਾਂ ਕੀ ਕਹਿੰਨੇ ਆ ਵਿੰਡ એનર્ਜੀ ਮਿਲਸ ਵੀ ਕਹਿ ਦਿੰਨੇ ਆ ਠੀਕ ਹੈ ਕਹਿੰਦਾ ਸਭ ਤੋਂ ਵੱਡਾ ਵਿੰਡ એનર્ਜੀ ਫਾਰਮ ਕਿੱਥੇ ਹੈ ਭਾਰਤ ਦਾ ਸਭ ਤੋਂ ਵੱਡਾ ਵਿੰਡ એનર્ਜੀ ਫਾਰਮ ਕਿੱਥੇ ਹੈ ਏ অপਸ਼ਨ ਹੈ ਆਂਧਰਾ ਪ੍ਰਦੇਸ਼ ਬੀ ਹੈ ਤਾਮਿਲਨਾਡੂ ਸੀ ਹੈ Shimla ਡੀ ਹੈ ਉੱਤਰ ਪ੍ਰਦੇਸ਼ ठीक है तथे है अपने कोल अपने कोल कितने है सब तो तुम्हारा विंड एनर्जी फॉर्म कितने है सब तो तुट्डा विंड एनर्जी फॉर्म है जी अपने कोल तमिलनाडु ठीक है सब तो बड़ा विंड एनर्जी फॉर्म कितने है जी अपने कोल तमिलनाडु चाहे ठीक है जी ਨੈਕਸਟ ਹੈ ਗਿਆ ਆਪਣੇ ਕੋਲ ਐਲਪੀਜੀ ਦਾ ਮੁੱਖ ਘਟਕ ਕੀ ਹੈ ਐਲਪੀਜੀ ਦਾ ਮੁੱਖ ਘਟਕ ਕੀ ਹੈ ਮਤਲਬ ਮੇਨ ਜਿਹੜਾ ਉਹਦੇ ਵਿੱਚ ਕਮ ਐਲੀਮੈਂਟ ਹੈ ਜਾਂ ਕੰਪਾਊਂਡ ਐਲੀਮੈਂਟ ਨਹੀਂ ਕਾਂਗੇ ਸੋਰੀ ਕੰਪਾਊਂਡ ਕਾਂਗੇ ਠੀਕ ਹੈ ਤਾਂ ਸਭ ਤੋਂ ਜਿਹੜਾ ਮੇਨ ਐਲੀਮੈਂਟ ਹੈ ਕੰਪਾਊਂਡ ਹੈ ਉਹ ਕਿਹ ਕਿਹੜਾ ਹੈ ਐਲਪੀਜੀ ਦਾ ਮੁੱਖ ਘਟਕ ਕੀ ਹੈ ਮੁੱਖ ਅੰਸ਼ ਕੀ ਹੈ ਇਹ ਹੈ ਬਿਊਟੇਨ অপਸ਼ਨਸ ਨੇ ਇਹ ਹੈ ਬਿਊਟੇਨ ਬੀ ਹੈ ਮੀਥੇਨ ਸੀ ਹੈ ਪ੍ਰੋਪੇਨ ਡੀ ਹੈ ਪੈਂਟੇਨ ਠੀਕ ਹੈ ਇਹਨਾਂ ਦੇ ਨਾਲ-ਨਾਲ ਚਾਹੇ ਤੁਸੀਂ ਫਾਰਮੂਲੇਜ਼ ਵੀ ਯਾਦ ਕਰ ਲਿਆ ਕਰੋ ਠੀਕ ਹੈ ਇਹਨਾਂ ਦੇ ਫਾਰਮੂਲੇਜ਼ ਵੀ ਨਾਲ-ਨਾਲ ਲਰਨ ਕਰ ਲਿਆ ਕਰੋ ਕਹਿੰਦੇ ਬਿਊਟੇਨ ਦਾ ਫਾਰਮੂਲਾ ਹੁੰਦਾ ਆਪਣੇ ਕੋਲ ਕੀ ਹੁੰਦਾ ਜੀ ਬਿਊਟੇਨ ਦਾ ਫਾਰਮੂਲਾ ਮੀਥੇਨ ਦਾ ਫਾਰਮੂਲਾ ਕੀ ਹੁੰਦਾ ਹੈ CH4 ਠੀਕ ਹੈ ਤੇ ਇਹਦੇ ਵਿੱਚ ਪ੍ਰੋਪੇਨ ਦੇ ਵਿੱਚ ਆਪਣੇ ਕੋਲ ਆ ਜਾਂਦਾ ਹੈ 3 ਕਾਰਬਨ ਆ ਜਾਂਦੇ ਨੇ C3H8 ਆ ਜਾਂਦਾ ਹੈ ਠੀਕ ਹੈ ਜੀ ਪ੍ਰੋਪਰਲੀ ਲਿਖਿਆ ਨਹੀਂ ਜਾ ਰਿਹਾ ਤਾਂ ਇਹਨੂੰ ਐਸ ਇਟ ਇਜ਼ ਯਾਦ ਕਰ ਲਓ ਠੀਕ ਹੈ ਤੁਸੀਂ ਮੀਥੇਨ ਦਾ CH4 ਹੋ ਗਿਆ ਠੀਕ ਹੈ ਪ੍ਰੋਪੇਨ ਦਾ C3H8 ਹੋ ਗਿਆ ਕਲੀਅਰ ਠੀਕ ਹੈ ਤਾਂ ਨੈਕਸਟ ਕਹ ਰਹੇ ਨੇ ਕਿ LPG ਦਾ ਮੁੱਖ ਕਟਕ ਕੀ ਆਪਣੇ ਕੋਲ ਠੀਕ ਹੈ LPG ਦਾ ਮੁੱਖ ਕਟਕ ਕਿਹੜਾ ਹੁੰਦਾ ਜਿਵੇਂ CNG ਦਾ ਆਪਣੇ ਕੋਲ ਮੇਨ ਕਟਕ ਮੁੱਖ ਕਟਕ ਹੀ ਹੁੰਦਾ ਹੈ ਮੀਥੇਨ ਹੁੰਦਾ ਤਾਂ LPG ਦਾ ਕਿ ਮੁੱਖ ਕਟਕ ਆਪਣੇ ਕੋਲ ਕੀ ਹੁੰਦਾ ਬਿਊਟੇਨ ਠੀਕ ਹੈ LPG ਦਾ ਮੁੱਖ ਕਟਕ ਆਪਣੇ ਕੋਲ ਕੀ ਹੁੰਦਾ ਬਿਊਟੇਨ ਕਲੀਅਰ ठीक है जी ट्वेंटी सैवन क्वेश्चन दी ट्वेंटी सैवनथ क्वेश्चन दी ऑप्शन हैगी अपने कोल ए ट्वेंटी सैवन क्वेश्चन दी अपने को ऑप्शन हैगी ए ठीक है जी क्लीयर एलपीजी की फुल फॉर्म अपने कोल की होंगे एलपी जी की फुल फॉर्म अपने कोल की हूँ लिक्यूफाइड गैस लिक्यूफाइड पेट्रोलीयम गैस नैक्सट है Gans, अपने कोल सी एन जी की है CNG ਕੀ ਹੈ CNG ਕਿਉਂ ਦਾ ਆਪਣੇ ਕੋਲ ਕੰਪਰੈਸਡ ਨੈਚੁਰਲ ਗੈਸ ਕੰਪਰੈਸਡ ਨੈਚੁਰਲ ਗੈਸ ਠੀਕ ਹੈ ਕਹਿੰਦੇ ਕਿਹੜੀ ਕਿਹ ਕੀ ਹੈ ਕਹਿੰਦੇ A ਹੈ ਪੈਟਰੋਲੀਅਮ ਗੈਸ B ਹੈ ਨੈਚੁਰਲ ਗੈਸ C ਹੈ ਬਾਇਓ ਗੈਸ D ਹੈ ਹਾਈਡਰੋਜਨ ਗੈਸ ਤਾਂ ਦੱਸੋ ਕਿਹੜੀ ਗੈਸ ਹੈ CNG ਦੀ ਫੁੱਲ ਫਾਰਮ ਤੇ ਕਲੀਅਰ ਹੋ ਰਿਹਾ ਹੈ CNG ਕੀ ਹੈ ਕੰਪਰੈਸਡ ਨੇਚਰਲ ਗੈਸ ਠੀਕ ਹੈ ਔਰ ਅੱਜ ਦੀ ਜਿਹੜੀ ਮੇਨ ਜ਼ਰੂਰਤ ਹੈ ਕਿ ਆਪਾਂ ਨੂੰ ਸੋਰਸਸ ਆਫ એનર્ਜੀ ਜ਼ਿਆਦਾ ਚਾਹੀਦੇ ਨੇ ਤਾਂ ਆਪਾਂ ਨੂੰ ਕੋਸ਼ਿਸ਼ ਹੋ ਰਹੀ ਹੈ ਕਿ ਆਪਾਂ ਜਿਹੜੀਆਂ ਨੈਕਸਟ ਕਾਰਸ ਬਣਾਈਏ ਠੀਕ ਹੈ ਜਾਂ ਕੋਈ ਵੀ ਵਹੀਕਲ ਬਣਾਈਏ ਉਹ ਐਵੇਂ ਗੈਸ 'ਚ ਚੱਲ ਸਕਣ ਠੀਕ ਹੈ CNG ਤੇ ਕੁਝ ਸਿਟੀਜ਼ ਦੇ ਵਿੱਚ ਤਾਂ ਚੱਲਦੇ ਵੀ ਨਹੀਂ ਆਪਣੇ ਕੋਲ ਠੀਕ ਹੈ ਤਾਂ ਕੰਪਰੈਸਡ ਨੇਚਰਲ ਗੈਸ ਠੀਕ ਹੈ ਤਾਂ ਇੰਦੇ ਫਿਰ ਇੰਨੇ ਫਿਰ ਆਪਸ਼ਨ ਕੀ ਆਏਗੀ ਆਪਣੇ ਕੋਲ ਕਿਹੜੀ ਗੈਸ ਹੈ ਜੀ ਨੈਚੁਰਲ ਗੈਸ ਹੈ ਠੀਕ ਹੈ ਤਾਂ 28 ਦੀ ਰਾਈਟ ਆਪਸ਼ਨ ਆਪਣੇ ਕੋਲ ਕੀ ਆਏਗੀ ਬੀ ਠੀਕ ਹੈ 28 ਦੀ ਰਾਈਟ ਆਪਸ਼ਨ ਆਪਣੇ ਕੋਲ ਕੀ ਆਏਗੀ ਬੀ ਨੈਚੁਰਲ ਗੈਸ ਨੈਕਸਟ ਦੇਖੋ ਕਹਿੰਦੇ ਇਹਨਾਂ ਵਿੱਚੋਂ ਕਿਹੜਾ ਫੋਸਿਲ ਫਿਊਲ ਨਹੀਂ ਹੈ ਇਹਨਾਂ ਦੇ ਵਿੱਚੋਂ ਕਿਹੜਾ ਫੋਸਿਲ ਫਿਊਲ ਨਹੀਂ ਹੈ ਪਥਾਰਟੀ ਵਾਲਾ ਨਹੀਂ ਹੈ ਠੀਕ ਹੈ ਕਿਹੜਾ ਪਥਾਰਟੀ ਵਾਲਨ ਨਹੀਂ ਹੈ ਦੱਸੋ ਕਿੰਦੇ ਪਥਾਰਟੀ ਵਾਲਨ ਕਿਹੜੇ ਹੁੰਦੇ ਨੇ ਫੋਸਿਲ ਫਿਊਲ ਜਿਨ੍ਹਾਂ ਨੂੰ ਬਣਾਉਣ ਲੱਗਿਆ ਬਹੁਤ ਸਾਰੇ ਸਾਲ ਲੱਗ ਜਾਂਦੇ ਨੇ ਠੀਕ ਹੈ ਔਰ ਉਹਨਾਂ ਨੂੰ ਨੈਕਸਟ ਅਗੇਨ ਲੈਣ ਲੱਗਿਆ ਆਪਣੇ ਕੋਲ ਕੀ ਹੁੰਦਾ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਇਹਨਾਂ ਦੀ ਅਮਾਉਂਟ ਕੀ ਹੈ ਘਟ ਹੈ ਠੀਕ ਹੈ ਕੰਜ਼ਮਪਸ਼ਨ ਕੀ ਹੈ ਜ਼ਿਆਦਾ ਹੈ ਠੀਕ ਹੈ ਤਾਂ ਕਹਿੰਦੇ ਇਹਨਾਂ ਦੇ ਵਿੱਚੋਂ ਪਥਾਰਟੀ ਵਾਲਨ ਪਤ ਹੈ ਨਾ ਕਿਹੜੇ ਨੇ ਕਿੰਦੇ ਏ ਆਪਸ਼ਨ ਹੈ ਸੀएनजी ਬੀ ਹੈ ਡੀਜ਼ਲ ਸੀ ਹੈ ਕੇਰੋਸਿਨ ਡੀ ਹੈ ਪੈਟਰੋਲ ਠੀਕ ਹੈ ਉਹਨਾਂ ਨੇ ਪੁੱਛਿਆ ਕਿਹੜਾ ਨਹੀਂ ਹੈਗਾ ਕਿਹੜਾ ਨਹੀਂ ਹੈਗਾ ਠੀਕ ਹੈ ਇਹ ਨਹੀਂ ਦੱਸਣਾ ਕਿਹੜਾ ਹੈ ਠੀਕ ਹੈ ਕਿਹੜੇ-ਕਿਹੜੇ ਨੇ ਪਥਾਰਟੀ ਵਾਲਨੇ ਚ ਕਿਹੜੇ-ਕਿਹੜੇ ਨੇ ਡੀਜ਼ਲ ਕੈਰੋਸਿਨ ਤੇ ਪੈਟਰੋਲ ਇਹ ਆਪਣੇ ਕੋਲ ਕੀ ਨੇ ਪਥਾਰਟੀ ਵਾਲਨੇ ਫੋਸਲ ਫਿਊਲਸ ਨੇ ਠੀਕ ਹੈ ਤਾਂ ਜਿਹੜਾ ਕਿਹੜਾ ਨਹੀਂ ਹੈਗਾ ਸੀਐਨਜੀ ਸੀਐਨਜੀ ਕੀ ਆਪਣੇ ਕੋਲ ਕੰਪਰੈਸਡ ਨੈਚੁਰਲ ਗੈਸ ਹੈ ਠੀਕ ਹੈ ਸੀਐਨਜੀ ਆਪਣੇ ਕੋਲ ਕੀ ਹੈ ਕੰਪਰੈਸਡ ਨੈਚੁਰਲ ਗੈਸ ਹੈ ਕਲੀਅਰ ਜਾਂ ਫੋਸਲ ਫਿਊਲ ਆਪਣੇ ਕੋਲ ਇਹਨਾਂ ਵਿੱਚ ਰਾਈਟ ਆਪਸ਼ਨ ਕਿਹੜਾ ਆਏਗਾ 29 ਦਾ ਰਾਈਟ ਆਪਸ਼ਨ ਆਪਣੇ ਕੋਲ ਕੀ ਆਏਗਾ ਜੀ A ਠੀਕ ਹੈ 29 ਦਾ ਆਪਣੇ ਕੋਲ ਰਾਈਟ অপਸ਼ਨ ਕੀ ਆਏਗਾ A ਨੈਕਸਟ ਦੇਖੋ ਕਹਿੰਦੇ LPG ਵਿੱਚ ਮੁੱਖ ਘਟਕ ਹੈ LPG ਵਿੱਚ ਮੁੱਖ ਘਟਕ ਹੈ ਉਹਨੇ ਉੱਪਰ ਕੀਤਾ ਹੈ ਨਾ ਠੀਕ ਹੈ ਬਟ ਇਹਦੇ ਵਿੱਚ অপਸ਼ਨਸ ਅਲੱਗ-ਅਲੱਗ ਨੇ ਇਹਦੇ ਵਿੱਚ ਕੀ ਹੈ অপਸ਼ਨਸ ਅਲੱਗ-ਅਲੱਗ ਨੇ অপਸ਼ਨਸ ਕਿਹੜੀਆਂ-ਕਿਹੜੀਆਂ ਨੇ A অপਸ਼ਨ ਹੈ ਕੋਲਤਾਰ B ਹੈ ਬਿਊਟੇਨ C ਹੈ ਕੋਲ ਗੈਸ D ਹੈ ਮੀਥੇਨ ਤਾਂ ਜੀ ਦੱਸੋ ਸੋਰੀ ਤਾਂ ਦੱਸੋ ਇਹਦੇ ਵਿੱਚੋਂ ਕਿਹੜਾ ਆਪਣੇ ਕੋਲ ਰਾਈਟ অপਸ਼ਨ ਆਏਗਾ ਐਲਪੀਜੀ ਲਿਕੁਇਫਾਈਡ ਪੈਟਰੋਲੀਅਮ ਗੈਸ ਦਾ ਮੁੱਖ ਕਟਕ ਕਿਹੜਾ ਹੁੰਦਾ ਆਪਣੇ ਕੋਲ ਜੀ ਬਿਊਟੇਨ ਹੈਨਾ ਐਲਪੀਜੀ ਦਾ ਮੁੱਖ ਕਟਕ ਆਪਣੇ ਕੋਲ ਕੀ ਹੁੰਦਾ ਹੈ ਬਿਊਟੇਨ ਤਾਂ ਰਾਈਟ অপਸ਼ਨ ਕੀ ਆਏਗੀ ਬੀ ਹੈਨਾ ਰਾਈਟ অপਸ਼ਨ ਕੀ ਆਏਗੀ ਆਪਣੇ ਕੋਲ ਬੀ 30th ਦੀ ਰਾਈਟ অপਸ਼ਨ ਆਪਣੇ ਕੋਲ ਕੀ ਆਏਗੀ ਜੀ ਬੀ ਮੰਜੀ ਨੈਕਸਟ ਕੁਐਸਚਨ ਦੇਖੋ 31ਸਟ ਕੁਐਸਚਨ ਦੇਖੋ ਕਹਿੰਦੇ ਮਨੁੱਖੀ ਅੱਖ ਕਿਹੜੇ ਰੰਗ ਲਈ ਸਭ ਤੋਂ ਵੱਧ ਸੰਵੇਦਨਸ਼ੀਲ ਹੈ ਮਨੁੱਖੀ ਅੱਖ ਕਿਹੜੇ ਰੰਗ ਲਈ ਸਭ ਤੋਂ ਵੱਧ ਸੰਵੇਦਨਸ਼ੀਲ ਹੈ ਮਤਲਬ ਕਿ ਕਿਹੜੀ ਕਿਹੜੇ ਕਲਰ ਵਾਸਤੇ ਦੇਖੋ ਆਪਾਂ ਯੂਵੀ ਰੇਜ਼ ਇਹਨਾਂ ਸਾਰੀਆਂ ਚੀਜ਼ਾਂ ਨੂੰ ਨਹੀਂ ਲਵਾਂਗੇ ਕਿਉਂਕਿ ਆਪਾਂ ਨੂੰ ਦਿਖਾਈ ਨਹੀਂ ਦਿੰਦੀਆਂ ਆਪਾਂ ਕਿਹੜੀਆਂ ਲਵਾਂਗੇ ਵਿਜ਼ੀਬਲ ਰੇਜ਼ ਲਵਾਂਗੇ ਤੇ ਵਿਜ਼ੀਬਲ ਰੇਜ਼ ਦੇ ਵਿੱਚ ਜਿਹੜੇ ਸੈਮਨ ਕਲਰਸ ਹੁੰਦੇ ਨੇ ਹਨਾ ਉਹਨਾਂ ਦੇ ਵਿੱਚੋਂ ਕਿਹੜੇ ਕਲਰ ਵਾਸਤੇ ਆਪਣੇ ਕੋਲ ਆਪਣੇ ਕੋਲ ਜਿਹੜੀ ਆਪਣੀ ਹਿਊਮਨ ਆਈਏ ਉਹ ਸਭ ਤੋਂ ਜ਼ਿਆਦਾ ਸੈਂਸਿਟਿਵ ਹੁੰਦੀ ਹੈ ਇਹ ਹੈ ਲਾਲ ਰੰਗ b ਇਹ ਹਰਾ ਰੰਗ c ਇਹ ਪੀਲਾ ਰੰਗ d ਇਹ ਕਾਲਾ ਰੰਗ ਤਾਂ ਦੱਸੋ ਕਿ ਆਪਣੇ ਕੋਲ ਕਿਹੜੇ ਅੰਗਲੀ ਜਿਹੜੀ ਆਪਣੀ ਅੱਖੇ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਹੈ ਦੱਸੋ ਜੀ ਜਿਹੜੀ ਆਪਣੀ ਹਮਨਾਈ ਹੁੰਦੀ ਹੈ ਉਹ ਸਭ ਤੋਂ ਜ਼ਿਆਦਾ ਜਿਹੜੀ ਸੈਂਸਿਟਿਵ ਹੁੰਦੀ ਹੈ ਸਭ ਤੋਂ ਜ਼ਿਆਦਾ ਸੈਂਸਿਟਿਵ ਹੁੰਦੀ ਹੋ ਆਪਣੇ ਕੋਲ ਹੁੰਦੀ ਹੈ येलोश ਗ੍ਰੀਨ ਕਲਰ ਹੁੰਦਾ ਹੈ ਠੀਕ ਹੈ ਐਕਚੁਅਲੀ ਇੱਥੇ येलोश ਤੇ ਗ੍ਰੀਨ ਕਲਰ ਮਿਕਸ ਜਿਹੜਾ ਹੁੰਦਾ ਉਹਨੂੰ ਕਹਿੰਦੇ ਨੇ ਆਪਾਂ ਠੀਕ ਹੈ ਠੀਕ ਹੈ ਇਹਦੇ ਵਿੱਚ ਇਹਨਾਂ ਨੇ ਅਲੱਗ-ਅਲੱਗ ਆਪਸ਼ਨ ਦਿੱਤੀ ਹੋਈਆਂ ਨੇ ਹਰੇ ਨੂੰ ਅਲੱਗ ਲਿਖਿਆ ਹੋਇਆ ਹੈ ਪੀਲੇ ਨੂੰ ਅਲੱਗ ਲਿਖਿਆ ਹੋਇਆ ਹੈ ਤਾਂ ਆਪਾਂ ਜਿਹੜੀ ਰਾਈਟ অপਸ਼ਨ ਆएगी ਉਹ ਆਪਣੀ ਆਏਗੀ ਪੀਲਾ ਰੰਗ ਠੀਕ ਹੈ ਜੇਕਰ ਦੋਨੋਂ ਇਕੱਠੇ ਲੈ ਕੇ ਆਂਦੇ ਨੇ ਹਨਾ ਤਾਂ ਫਿਰ ਆਪਾਂ ਯੈਲੋਸ਼ ਮਤਲਬ ਹਰਾ ਪੀਲਾ ਰੰਗ ਕਰਾਂਗੇ ਠੀਕ ਹੈ ਅਗਰ ਅਲੱਗ-ਅਲੱਗ ਲਿਖ ਕੇ ਆਂਦੇ ਨੇ ਤਾਂ ਆਪਾਂ ਕਿਹੜਾ ਕਰਾਂਗੇ ਟਿਕ ਕਰਾਂਗੇ ਪੀਲਾ ਰੰਗ ਠੀਕ ਹੈ ਤਾਂ ਮਨੁੱਖੀ ਅੱਖੇ ਜਿਹੜੀ ਉਹ ਕਿਹੜੇ ਰੰਗ ਲਈ ਸਭ ਤੋਂ ਵੱਧ ਸੰਵੇਦਨਸ਼ੀਲ ਹੁੰਦੀ ਹੈ ਪੀਲਾ ਰੰਗ ਠੀਕ ਹੈ ਜੀ ਸੀ ਆਪਸ਼ਨ ਨੈਕਸਟ ਕੁਐਸਚਨ ਦੇਖੋ ਕਹਿੰਦੇ ਸੂਰਜ ਤੋਂ ਆ ਰਹੀਆਂ আল্ট্রা ਵਾਇਲਟ ਕਿਰਨਾਂ ਨੂੰ ਵਾਯੂ ਮੰਡਲ ਦੇ ਵਿੱਚ ਕਿਹੜੀ ਗੈਸ ਸੋਖਦੀ ਹੈ আল্ট্রা ਵਾਇਲਟ ਰੇਸ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਨਾ আল্ট্রা ਵਾਇਲਟ ਰੇਸ ਜਿਹੜੀਆਂ ਸੰਤੋਂ ਆਉਂਦੀਆਂ ਨੇ ਆਪਣੇ ਵਾਸਤੇ ਕੀ ਹੁੰਦੀਆਂ ਨੇ ਹਾਰਮਫੁਲ ਹੁੰਦੀਆਂ ਨੇ ਠੀਕ ਹੈ ਤਾਂ ਉਹਨਾਂ ਨੂੰ ਜਿਹੜੀ ਜਿਹੜੀ ਕਿਹੜੀ ਆਪਣੇ ਕੋਲ ਕਿਹੜੀ ਆਪਣੇ ਵਾਯੂ ਮੰਡਲ ਦੇ ਵਿੱਚ ਕਿਹੜੀ ਲੇਅਰ ਹੈ ਜਿਹੜੀ ਆਪਣੇ ਕੋਲ ਕੀ ਕਰਦੀ ਉਹਨਾਂ ਨੂੰ ਇੱਥੇ ਆਨ ਤੋਂ ਧਰਤੀ ਤੇ ਧਿਆਨ ਤੋਂ ਰੋਕਦੀ ਹੈ ਆਪਾਂ ਨੂੰ ਪਤਾ ਉਹ ਕਿਹੜੀ ਹੈ ਓਜ਼ੋਨ ਲੇਅਰ ਹੈ ਹਨਾ ਠੀਕ ਹੈ ਤੇ ਕਹਿੰਦੇ ਹੁਣ ਆਪਣੇ ਕੋਲ ਕੀ ਹੈ ਕਹਿੰਦੇ ਇਹਦੇ ਵਿੱਚ ਕਿਹੜੀ ਕਿਹੜੀ ਗੈਸ ਹੈ ਜਿਹੜੀ ਸੋਖਦੀ ਹੈ ਏ ਆਪਸ਼ਨ ਹੈ ਆਕਸੀਜਨ ਗੈਸ ਬੀ ਹੈ ਓਜ਼ੋਨ ਗੈਸ ਸੀ ਹੈ ਕਾਰਬਨ ਡਾਈਆਕਸਾਈਡ ਡੀ ਹੈ ਨਾਈਟ੍ਰੋਜਨ ਠੀਕ ਹੈ ਤਾਂ ਆਕਸੀਜਨ ਦਾ ਫਾਰਮੂਲਾ ਵੀ ਯਾਦ ਕਰ ਲਓ ਨਾਲ ਦੀ ਨਾਲ ਆਕਸੀਜਨ ਦਾ ਫਾਰਮੂਲਾ ਹੁੰਦਾ ਆਪਣੇ ਕੋਲ O2 ਠੀਕ ਹੈ ਤੇ ਓਜ਼ੋਨ ਦਾ ਹੁੰਦਾ O3 ਮਤਲਬ ਤਿੰਨ ਆਕਸੀਜਨ ਦੇ ਐਟਮ ਹੁੰਦੇ ਨੇ ਆਕਸੀਜਨ ਗੈਸ ਦੇ ਵਿੱਚ ਆਪਣੇ ਕੋਲ ਕੀ ਹੁੰਦਾ ਹੈ ਦੋ ਐਟਮ ਹੁੰਦੇ ਨੇ ਆਕਸੀਜਨ ਦੇ ਤੇ ਓਜ਼ੋਨ ਦੇ ਵਿੱਚ ਕੀ ਹੁੰਦੇ ਨੇ ਤਿੰਨ ਹੁੰਦੇ ਨੇ ਕਾਰਬਨ ਡਾਈਆਕਸਾਈਡ ਤੇ ਨਾਈਟ੍ਰੋਜਨ ਠੀਕ ਹੈ ਤਾਂ ਆਪਾਂ ਨੂੰ ਅਲਟਰਾਵਾਇਲਟ ਰੇਸ ਤੋਂ ਕਿਹੜੀ ਲੇਅਰ ਬਚਾਉਂਦੀ ਹੈ ਓਜ਼ੋਨ ਲੇਅਰ ਠੀਕ ਹੈ ਤਾਂ ਉੱਥੇ ਕਿਹੜੀ ਗੈਸ ਹੁੰਦੀ ਹੈ ਓਜ਼ੋਨ ਗੈਸ ਹੁੰਦੀ ਹੈ ਤਾਂ ਆਪਣੇ ਕੋਲ ਰਾਈਟ ਆਪਸ਼ਨ ਕੀ ਆਏਗੀ B ਓਜ਼ੋਨ ਗੈਸ 32 ਦੀ ਰਾਈਟ অপਸ਼ਨ ਕੀ ਆਏਗੀ ਆਪਣੇ ਕੋਲ ਜੀ ਬੀ ਕਲੀਅਰ ਚਲੋ ਨੈਕਸਟ ਦੇਖਦੇ ਹਾਂ ਕਹਿੰਦੇ ਸੂਰਜੀ ਸੈੱਲ ਦੇ ਵਿੱਚ ਕਿਹੜੇ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਕਹਿੰਦੇ ਸੂਰਜੀ ਸੈੱਲ ਬਣਾਉਣ ਵਾਸਤੇ ਕਿਹੜੇ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਏ ਆਪਸ਼ਨ ਹੈ ਚਾਲਕਾਂ ਦੀ ਮਤਲਬ ਕੰਡਕਟਰਸ ਜਿਨ੍ਹਾਂ ਦੇ ਵਿੱਚੋਂ ਕਰੰਟ ਆਸਾਨੀ ਦੇ ਨਾਲ ਪਾਸ ਹੋ ਸਕਦਾ ਹੈ ਬੀ ਆਪਸ਼ਨ ਹੈ ਰੋਧਕ ਇਨਸੂਲੇਟਰ ਜਿਨ੍ਹਾਂ ਦੇ ਵਿੱਚੋਂ ਕਰੰਟ ਬਿਲਕੁਲ ਵੀ ਪਾਸ ਨਹੀਂ ਹੋ ਸਕਦਾ ਸੀ ਅਰਧ ਚਾਲਕ ਸੈਮੀ ਕੰਡਕਟਰ ਜਿਨ੍ਹਾਂ ਦੇ ਵਿੱਚੋਂ ਆਪਣੇ ਕੋਲ ਕੀ ਹੈ ਮਿਡਵੀ ਹੁੰਦਾ ਮਤਲਬ ਵਿਚ ਵਿਚਾਲੇ ਜਾ ਕੰਮ ਹੁੰਦਾ ਠੀਕ ਹੈ ਤੇ ਡੀ ਆਪਣੇ ਕੋਲ ਲੱਕੜੀ ਲੱਕੜੀ ਤਾਂ ਆਪ ਨੂੰ ਪਤਾ ਹੀ ਹੈ ਇਨਸੂਲੇਟਰ ਹੈ ਹੈਨਾ ਤਿੰਦੇ ਵਿੱਚ ਰਾਈਟ অপਸ਼ਨ ਕੀ ਆਏਗਾ ਸੂਰਜੀ ਸੈੱਲ ਬਣਾਉਣ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਸੈਮੀ ਕੰਡਕਟਰਸ ਥੈਟ ਮੀਨਸ ਅਰਧ ਚਾਲਕ ਠੀਕ ਹੈ ਸੂਰਜੀ ਸੈੱਲ ਬਣਾਉਣ ਦੇ ਵਿੱਚ ਆਪਾਂ ਕੀ ਯੂਜ਼ ਕਰਦੇ ਹਾਂ ਜੀ ਅਰਧ ਚਾਲਕ ਸੂਰਜੀ ਸੈੱਲ ਬਣਾਣ ਚ ਕੀ ਯੂਜ਼ ਕਰਦੇ ਹਾਂ ਅਰਧ ਚਾਲਕ ਠੀਕ ਹੈ ਔਰ ਇਹਨਾਂ ਦੀ ਅਗਰ ਕੁਝ ਵੀ ਲੈਂਦੇ ਨੇ ਵੀ ਕਿਹੜੇ ਕਿਹੜੇ ਅਰਧ ਚਾਲਕ ਵਰਤੇ ਜਾਂਦੇ ਨੇ ਰਾਈਟ অপਸ਼ਨ ਆਪਣੇ ਕੋਲ ਆਏਗੀ 33 ਦੀ ਸੀ ਠੀਕ ਹੈ ਤੇ ਸੈਮੀ ਕੰਡਕਟਰ ਕਿਹੜੇ ਕਿਹੜੇ ਯੂਜ਼ ਹੁੰਦੇ ਨੇ ਆਪਣੇ ਕੋਲ ਯੂਜ਼ ਹੁੰਦੇ ਨੇ ਜਰਮੇਨੀਅਮ ਤੇ ਸਿਲੀਕੋਨ ਠੀਕ ਹੈ ਸਿੰਬਲ ਹੁੰਦਾ ਜੀਈ ਤੇ ਐਸਆਈ ਕਿਹੜੇ ਕਿਹੜੇ ਹੁੰਦੇ ਨੇ ਜਰਮੇਨੀਅਮ ਤੇ ਸਿਲੀਕੋਨ ਜਰਮੇਨੀਅਮ ਤੇ ਸਿਲੀਕੋਨ ਤੇ ਸਿਲੀਕੋਨ ਨੂੰ ਇੱਕ ਗੱਲ ਹੋਰ ਦੱਸਾਂ ਇਹ ਕਹਿੰਦੇ ਸਿਲੀਕੋਨ ਇਹਨੂੰ ਨਾ ਆਪਾਂ ਆਪਦੀ ਇਲੈਕਟ੍ਰੋਨਿਕ ਇੰਡਸਟਰੀ ਦੀ ਬੈਕਬੋਨ ਕਹਿੰਦੇ ਆ ਇਹਦੇ ਤੋਂ ਬਿਨਾ ਆਪਣੇ ਕੋਲ ਕੋਈ ਵੀ ਡਿਵਾਈਸ ਨਹੀਂ ਬਣ ਸਕਦਾ ਠੀਕ ਹੈ ਜਿਹੜੀਆਂ ਵੀ ਆਪਣੇ ਕੋਲ ਕੋਈ ਵੀ ਛੋਟੇ ਤੋਂ ਛੋਟੇ ਆਪਣੇ ਕੋਲ ਚਾਰਜਰ ਵੀ ਹੈ ਨਾ ਉਹਦੇ ਵਿੱਚ ਵੀ ਜਿਹੜੀ ਚਿਪ ਲੱਗੀ ਹੁੰਦੀ ਹੈ ਜਾਂ ਵੱਡੇ ਤੋਂ ਵੱਡੀ ਐਲਸੀਡੀ ਵੀ ਹੈ ਕੰਪਿਊਟਰ ਵੀ ਹੈ ਉਹਨਾਂ ਦੇ ਵਿੱਚ ਜਿਹੜੀਆਂ ਚਿਪਸ ਲੱਗੀਆਂ ਚਿਪ ਬਣੀ ਹੁੰਦੀ ਹੈ ਦੇਖੀ ਹੋਏਗੀ ਸਭ ਨੇ ਹਨਾ ਠੀਕ ਹੈ ਜਿੰਦੇ ਉੱਤੇ ਪੂਰਾ ਦਾ ਪੂਰਾ ਸਰਕਟ ਬਣਿਆ ਹੁੰਦਾ ਉਹ ਕੀ ਦੀ ਬਣੀ ਹੁੰਦੀ ਆਪਣੇ ਕੋਲ ਸਿਲੀਕੋਨ ਦੀ ਬਣੀ ਹੁੰਦੀ ਹੈ ਠੀਕ ਹੈ ਦੋਨੋਂ ਹੀ ਯੂਜ਼ ਹੁੰਦੇ ਨੇ 노 ਡਾਊਟ ਬਟ ਸਿਲੀਕੋਨ ਕੀ ਹੈ ਮੋਸਟਲੀ ਯੂਜ਼ਡ ਹੈ ਇਸ ਕਰਕੇ ਸਿਲੀਕੋਨ ਨੂੰ ਤਾਂ ਆਪਣੇ ਕੋਲ ਇਲੈਕਟ੍ਰੋਨਿਕ ਇੰਡਸਟਰੀ ਦੀ ਬੈਕਬੋਨ ਕਿਹਾ ਜਾਂਦਾ ਹੈ ਠੀਕ ਹੈ ਜੀ ਸਿਲੀਕੋਨ ਕਲੀਅਰ ਤਾਂ ਆਪਣੇ ਕੋਲ ਸੂਰਜੀ ਸੈੱਲ ਦੇ ਵਿੱਚ ਕਿਹੜੇ ਉਤਾਰਤਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਰਮੇਨੀਅਮ ਤੇ ਸਿਲੀਕੋਨ ਅਰਧ ਚਾਲਕਾਂ ਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਜੀ ਨੈਕਸਟ ਕੁਐਸਚਨ ਦੇਖੋ ਕਹਿੰਦੇ ਸਭ ਤੋਂ ਪਹਿਲਾ ਸੂਰਜੀ ਸੈੱਲ ਕਦੋਂ ਬਣਾਇਆ ਗਿਆ ਸਭ ਤੋਂ ਪਹਿਲਾ ਸੂਰਜੀ ਸੈੱਲ ਕਦੋਂ ਬਣਾਇਆ ਗਿਆ A ਆਪਸ਼ਨ ਹੈ 1980 1980 ਦੇ ਵਿੱਚ B ਹੈ 1954 1954 ਦੇ ਵਿੱਚ C ਹੈ 1972 1972 ਦੇ ਵਿੱਚ D ਹੈ 1960 1960 ਦੇ ਵਿੱਚ ਠੀਕ ਹੈ ਤਾਂ ਸਭ ਤੋਂ ਪਹਿਲਾ ਸੂਰਜੀ ਸੈੱਲ ਕਦੋਂ ਬਣਾਇਆ ਗਿਆ ਜੀ ਸਭ ਤੋਂ ਪਹਿਲਾ ਸੂਰਜੀ ਸੈੱਲ ਬਣਾਇਆ ਗਿਆ ਜੀ 1954 ਦੇ ਵਿੱਚ 1954 ਦੇ ਵਿੱਚ ਕਿੰਨੇ ਬਣਾਇਆ ਸੀ ਇਹ ਤੁਸੀਂ ਦੱਸਣਾ ਕਿੰਨੇ ਬਣਾਇਆ ਸੀ ਇਹਦੀ ਖੋਜ ਕਿੰਨੇ ਕੀਤੀ ਸੀ ਇਹ ਤੁਸੀਂ ਦੱਸਣਾ ਠੀਕ ਹੈ ਸਭ ਤੋਂ ਪਹਿਲਾ ਸੂਰਜੀ ਸੈੱਲ ਕਦੋਂ ਬਣਾਇਆ ਗਿਆ ਜੀ 1954 ਦੇ ਵਿੱਚ ਕਲੀਅਰ ਨੈਕਸਟ ਲੋ ਨੈਕਸਟ ਦੇ ਦਿਆਂ ਕਹਿੰਦੇ ਤਾਪੂਰਜਾ ਕਿਹੜੀਆਂ ਵਿਕਰਣਾ ਵਿੱਚ ਹੁੰਦੀ ਹੈ ਠੀਕ ਹੈ ਤਾਪੂਰਜਾ ਕਿਹੜੀਆਂ ਵਿਕਰਣਾ ਵਿੱਚ ਹੁੰਦੀ ਹੈ ਕਹਿੰਦੇ ਆਪਾਂ ਸੂਰਜੀ ਸਪੈਕਟ੍ਰਮ ਪੜ੍ਹਿਆ ਸੀ ਹਨਾ ਉਹਦੇ ਵਿੱਚ ਜਿਹੜੀਆਂ ਰੇਜ਼ ਆਂਦੀਆਂ ਸੀ ਉਹ ਆਪਣੇ ਕੋਲ ਕਿਹੜੀ ਸੀ ਜਿਵੇਂ ਵਿਜ਼ੀਬਲ ਰੇਜ਼ ਹੋ ਗਿਆ ਇਨਫਰਾ ਰੈਡ ਰੇਜ਼ ਹੋ ਗਿਆ ਯੂਵੀ ਰੇਜ਼ ਹੋ ਗਿਆ ਐਕਸ ਰੇਜ਼ ਹੋ ਗਿਆ ਕੋਸਮਿਕ ਰੇਜ਼ ਹੋ ਗਿਆ ਮਾਈਕ੍ਰੋਵੇਵਜ਼ ਹੋ ਗਿਆ ਠੀਕ ਹੈ ਕਹਿੰਦੇ ਇੰਨਾਂ ਸਾਰਿਆਂ ਦੇ ਵਿੱਚੋਂ ਤਾਪੂਰਜਾ ਮਤਲਬ ਟੈਂਪਰੇਚਰ ਹੀਟ ਠੀਕ ਹੈ ਇਹਨਾਂ ਦੇ ਵਿੱਚੋਂ ਕਿਹੜੀਆਂ ਵੀ ਕਰਨਾ ਵਿੱਚ ਹੁੰਦੀ ਹੈ ਏ ਆਪਸ਼ਨ ਇਹ ਹੈ ਦ੍ਰਿਸ਼ ਵਿਕਰਨਾ ਵਿਜੀਬਲ ਰੇਸ ਬੀ ਇਹ ਇਨਫਰਾ ਰੈਡ ਰੇਸ ਸੀ ਇਹ ਅਲਟਰਾਵਾਈਲਟ ਵਿਕਰਨਾ ਡੀ ਇਹ ਸਾਰੇ ਇਹ ਸਾਰਾ ਵਿੱਚ ਤਾਪ ਹੁੰਦਾ ਠੀਕ ਹੈ ਤਾਂ ਇਹਨਾਂ ਦੇ ਵਿੱਚੋਂ ਰਾਈਟ ਆਪਸ਼ਨ ਕੀ ਹੈ ਕਿੜੀਆਂ ਕਿੜੀਆਂ ਵੀ ਕਰਨਾ ਆਪਣੇ ਕੋਲ ਦਿੰਦੀਆਂ ਨੇ ਹੀਟ ਦਿੰਦੀਆਂ ਨੇ ਆਪਾਂ ਨੂੰ ਠੀਕ ਹੈ ਤਾਂ ਆਪਣੇ ਕੋਲ ਰਾਈਟ ਆਪਸ਼ਨ ਨੇ ਇਨਫਰਾ ਰੈਡ ਬੀ ਆਪਸ਼ਨ 35 ਦੀ ਬੀ ਆਪਸ਼ਨ ਇਨਫਰਾ ਰੈਡ ਰੇਜ਼ ਇਨਫਰਾ ਰੈਡ ਰੇਜ਼ ਆਪਾਂ ਨੂੰ ਕੀ ਦਿੰਦੀਆਂ ਨੇ ਹੀਟ ਦਿੰਦੀਆਂ ਨੇ ਜੀ ਠੀਕ ਹੈ ਇਨਫਰਾ ਰੈਡ ਰੇਜ਼ ਆਪਾਂ ਨੂੰ ਕੀ ਦਿੰਦੀਆਂ ਨੇ ਜੀ ਹੀਟ ਦਿੰਦੀਆਂ ਨੇ ਤਾਂ ਤਾਪੂर्जा ਕਿਹੜੀਆਂ ਵੀ ਕਰਨਾ ਵਿੱਚ ਹੁੰਦੀ ਹੈ ਇਨਫਰਾ ਰੈਡ ਰੇਜ਼ ਵਿੱਚ ਹੁੰਦੀ ਹੈ ਜੀ ਠੀਕ ਹੈ ਜੀ ਨੈਕਸਟ ਕੁਐਸ਼ਨ ਦੇਖੋ 36 ਕੁਐਸ਼ਨ ਕਹਿੰਦੀ ਹੈ ਪੂਤ ਆ ਪੂਰਜਾ ਦਾ ਸੋਮਾ ਕੀ ਹੈ ਪੂਤ ਆਪ ਮਤਲਬ ਧਰਤੀ ਜਿਹੜੀ ਧਰਤੀ ਤੋਂ ਆਪਾਂ ਨੂੰ ਊਰਜਾ ਮਿਲਦੀ ਹੈ ਉਹਦਾ ਸੋਮਾ ਕੀ ਹੈ ਉਹ ਕਿਹੜਾ ਸਰੋਤ ਹੈ ਠੀਕ ਹੈ ਤਾਂ ਏ ਆਪਸ਼ਨ ਨੇ ਸੂਰਜ ਬੀ ਇਹ ਮੈਗਮਾ ਠੀਕ ਹੈ ਇਹ অপਸ਼ਨ ਹੈ ਆਪਣੇ ਕੋਲ ਸੂਰਜ B ਇਹ ਮੈਗਮਾ C ਇਹ ਸਮੁੰਦਰ D ਇਹ ਕਾਰਬਨ ਠੀਕ ਹੈ ਤਾਂ ਪੂਤ ਆ ਮਤਲਬ ਜਿਹੜੀ ਧਰਤੀ ਦੇ ਵਿੱਚ ਧਰਤੀ ਦੇ ਵਿੱਚੋਂ ਕੀ ਨਿਕਲਦਾ ਹੈ ਧਰਤੀ ਦੇ ਵਿੱਚੋਂ ਕੀ ਨਿਕਲਦਾ ਜਿੱਥੋਂ ਆਪਾਂ ਨੂੰ એનર્ਜੀ ਮਿਲਦੀ ਹੈ ਆਪਣੇ ਕੋਲ ਕੀ ਨਿਕਲਦਾ ਹੈ ਜਵਾਲਾਮੂਕੀ ਫਰਦਾ ਮੈਗਮਾ ਲਾਵਾ ਹੈ ਨਾ ਉਹ ਆਪਣੇ ਕੋਲ ਕੀ ਨੇ ਪੂਤ ਆ ਪੂਰਜਾ ਦਾ ਕੀ ਨੇ ਸੋਮਾ ਠੀਕ ਹੈ ਤਾਂ ਪੂਤ ਆ ਪੂਰਜਾ ਦਾ ਸੋਮਾ ਕੀ ਹੈ ਆਪਣੇ ਕੋਲ ਮੈਗਮਾ B অপਸ਼ਨ ਠੀਕ ਹੈ 36 ਦਾ B অপਸ਼ਨ ਮੈਗਮਾ ਆਪਣੇ ਕੋਲ ਕੀ ਹੈ ਪੂਤ ਆ ਪੂਰਜਾ ਦਾ ਸੋਮਾ ਹੈ ਠੀਕ ਹੈ ਜੀ ਆਹ ਫੁੱਲ ਫਾਰਮਸ ਲਿਖਿਆ ਹੋਈਆਂ ਨੇ ਮੈਂ ਪਹਿਲਾਂ ਵੀ ਰਿਪੀਟ ਕੀਤੀਆਂ ਨੇ ਪਰ ਫਿਰ ਵੀ ਯਾਦ ਕਰ ਲਓ LPG ਦੀ ਫੁੱਲ ਫਾਰਮ ਹੁੰਦੀ ਹੈ ਲਿਕੁਇਫਾਈਡ ਪੈਟਰੋਲੀਅਮ ਗੈਸ ਠੀਕ ਹੈ CNG ਦੀ ਫੁੱਲ ਫਾਰਮ ਹੈਗੀ ਆਪਣੇ ਕੋਲ ਕੰਪਰੈਸਡ ਨੇਚਰਲ ਗੈਸ ਨੈਕਸਟ ਇਹ ਕਹਿੰਦੇ ਕੋਲੇ ਦੀ ਕਿਸ ਕਿਸਮ ਵਿੱਚ ਕਾਰਬਨ ਸਭ ਤੋਂ ਵੱਧ ਹੁੰਦੀ ਹੈ ਠੀਕ ਹੈ ਤਾਂ ਤੁਹਾਨੂੰ ਨੂੰ ਦੱਸ ਵੀ ਦੇਣੀ ਆ ਮੈਂ ਤੁਹਾਡੇ ਕੋਲ ਕਿ ਕਿਹਨ ਦੇ ਵਿੱਚ ਕਿੰਨੇ ਪਰਸੈਂਟ ਕਾਰਬਨ ਹੁੰਦਾ ਕਹਿੰਦੇ ਕੋਲੇ ਦੀ ਕਿਹੜੀ ਕੋਲੇ ਦੀਆਂ ਚਾਰ ਕਿਸਮਾਂ ਹੁੰਦੀਆਂ ਨੇ ਜੀ ਐਂਥਰਾਸਾਈਟ ਬਿਟੂਮਿਨਸ ਪੀਟ ਜਾਂ ਸਬ ਬਿਟੂਮਿਨਸ ਵੀ ਕਾਹ ਦੇ ਦਿੰਨੇ ਆ ਤੇ ਲਿਗਨਾਈਟ ਠੀਕ ਹੈ ਸਭ ਤੋਂ ਘਟੀਆ ਸਭ ਤੋਂ ਘਟੀਆ ਜਿੰਨੇ ਵਿੱਚ ਬਿਲਕੁਲ ਵੀ ਸਭ ਤੋਂ ਘਟੀਆ ਜਿੰਨੇ ਵਿੱਚ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਆਪਣੇ ਕੋਲ ਕਾਰਬਨ ਹੁੰਦੀ ਹੈ ਉਹ ਆਪਣੇ ਕੋਲ ਹੁੰਦਾ ਹੈ ਲਿਗਨਾਈਟ ਇਹਦੇ ਵਿੱਚ 25 ਤੋਂ ਲੈ ਕੇ 35% ਤੱਕ ਕਾਰਬਨ ਹੁੰਦੀ ਹੈ ਠੀਕ ਹੈ ਨੈਕਸਟ ਆ ਗਿਆ ਪੀਟ ਠੀਕ ਹੈ ਪੀਟ ਇਹਦੇ ਵਿੱਚ ਆਪਣੇ ਕੋਲ ਹੁੰਦੀ ਹੈ 35 ਤੋਂ ਲੈ ਕੇ 45% ਕਾਰਬਨ ਹੁੰਦੀ ਹੈ ਤੇ ਬਿਟੂਮਿਨਸ ਹੁੰਦੀ ਆਪਣੇ ਕੋਲ 45 ਤੋਂ 86% ਹੁੰਦੀ ਹੈ ਤੇ ਐਂਥਰਾਸਾਈਟ ਦੇ ਵਿੱਚ ਕੀ ਹੁੰਦੀ ਹੈ 86 ਤੋਂ 98% ਹੁੰਦੀ ਹੁਣ ਇਹਦੇ ਵਿੱਚੋਂ ਨਾ ਆਪਣੇ ਕੋਲ ਦੋ ਕੁਐਸਚਨ ਬੰਦੇ ਨੇ ਧਿਆਨ ਨਾਲ ਸੁਣਿਓ ਕਹਿੰਦੇ ਕੋਲੇ ਦੀ ਕਿਸ ਕਿਸਮ ਵਿੱਚ ਕਾਰਬਨ ਦੀ ਮਾਤਰਾ ਸਭ ਤੋਂ ਵੱਧ ਹੁੰਦੀ ਹੈ ਕਾਰਬਨ ਦੀ ਮਾਤਰਾ ਕਾਰਬਨ ਦੀ ਮਾਤਰਾ ਸਭ ਤੋਂ ਵੱਧ ਹੋਵੇਗੀ ਆਪਣੇ ਕੋਲ ਤੁਸੀਂ ਵੇਖਦੇ ਪਿਓ ਐਂਥਰਾਸਾਈਟ ਦੇ ਵਿੱਚ ਇਹਦੇ ਵਿੱਚ ਕਿੰਨਾ ਕਾਰਬਨ ਨੇ 86 ਤੋਂ ਲੈ ਕੇ 98% ਠੀਕ ਹੈ ਸਭ ਤੋਂ ਜ਼ਿਆਦਾ ਕਾਰਬਨ ਹੈ ਦੇਖੋ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਕਾਰਬਨ ਹੋਏਗਾ ਹਨਾ ਉਹ ਆਪਾਂ ਨੂੰ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਕਾਰਬਨ ਹੋਏਗਾ ਉਹਨੂੰ ਉਹਦੇ ਤੋਂ ਆਪਾਂ ਨੂੰ ਉਨੀ ਹੀ ਜ਼ਿਆਦਾ એનર્ਜੀ ਮਿਲੇਗੀ ਠੀਕ ਹੈ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਕਾਰਬਨ ਹੋਏਗਾ ਆਪਾਂ ਨੂੰ ਉਹਦੇ ਤੋਂ ਉਨੀ ਹੀ ਜ਼ਿਆਦਾ એનર્ਜੀ ਮਿਲੇਗੀ ਪਰ ਕਿੰਦੇ ਐਂਥਰਾਸਾਈਟ ਨੂੰ ਆਪਾਂ ਗੁੱਡ ਸੋਰਸ ਨਹੀਂ ਯੂਜ਼ ਕਰਦੇ ਇਹਨੂੰ ਇਹਨੂੰ ਯੂਜ਼ ਨਹੀਂ ਕਰਦੇ ਆਪਾਂ ਇਹਨੂੰ ਬਹੁਤ ਹੀ ਘੱਟ ਯੂਜ਼ ਕਰਦੇ ਆ ਇੰਡਸਟਰੀ ਦੇ ਵਿੱਚ ਰੀਜ਼ਨ ਕੀ ਹੈ ਕਹਿੰਦੇ ਇਹਨੂੰ ਇਹ ਜਿਹੜਾ ਹੁੰਦਾ ਹੈ ਐਂਥਰਾਸਾਈਟ ਹੁੰਦਾ ਹੈ ਬਹੁਤ ਹੀ ਸਖਤ ਹੁੰਦਾ ਹੈ ਠੀਕ ਹੈ ਤੇ ਇਹਦਾ ਪਾਊਡਰ ਬਣਾਉਣਾ ਕਿਉਂਕਿ ਇਹਨੂੰ ਆਪਾਂ ਪਾਊਡਰ ਬਣਾ ਕੇ ਬਿਜਲੀ ਪੈਦਾ ਕਰ ਸਕਦੇ ਆ ਜਾਂ ਕਿਤੇ ਹੋਰ ਯੂਜ਼ ਕਰ ਸਕਦੇ ਆ ਕੋਇਲੇ ਨੂੰ ਠੀਕ ਹੈ ਪਰ ਕਹਿੰਦੇ ਇਹ ਜਿਹੜਾ ਐਂਥਰਾਸਾਈਟ ਇੰਨਾ ਕੁ ਸਖਤ ਹੁੰਦਾ ਹੈ ਵੀ ਆਪਾਂ ਇਹਦਾ ਚੂਰਾ ਨਹੀਂ ਬਣਾ ਸਕਦੇ ਇਹਦਾ ਪਾਊਡਰ ਨਹੀਂ ਬਣਾ ਸਕਦੇ ਤਾਂ ਇਸ ਕਰਕੇ ਐਂਥਰਾਸਾਈਟ ਉਹ ਬਹੁਤ ਹੀ ਘੱਟ ਬਹੁਤ ਹੀ ਘੱਟ ਯੂਜ਼ ਹੁੰਦਾ ਹੈ ਠੀਕ ਹੈ ਤਾਂ ਸਭ ਤੋਂ ਵੱਧ ਸਭ ਤੋਂ ਵੱਧ ਕਾਰਬਨ ਦੀ ਮਾਤਰਾ ਤਾਂ ਐਂਥਰਾਸਾਈਟ ਚ ਹੁੰਦੀ ਹੈ ਤਾਂ 37 ਦੀ ਰਾਈਟ ਆਪਸ਼ਨ ਤਾਂ ਬੀ ਆ ਗਈ ਪਰ ਅਗਰ ਪੁੱਛ ਦੇਣੇ ਕਿ ਸਭ ਤੋਂ ਵੱਧ ਉਪਯੋਗ ਕੀਤਾ ਜਾਣ ਵਾਲਾ ਕੋਲਾ ਕਿਹੜਾ ਹੈ ਸਭ ਤੋਂ ਵੱਧ ਜਿਹੜਾ ਇੰਡਸਟਰੀ ਦੇ ਵਿੱਚ ਯੂਜ਼ ਹੁੰਦਾ ਕੋਲਾ ਉਹ ਕਿਹੜਾ ਹੈ ਆਪਣੇ ਕੋਲ ਜੀ ਬਿਟੂਮੀਨਸ ਠੀਕ ਹੈ ਹੁੰਦੀ ਤਾਂ ਇਹਦੇ ਵਿੱਚ ਕਾਰਬਨ ਸਿਰਫ 45 ਤੋਂ 86% ਹੈ ਠੀਕ ਹੈ ਬਟ ਆਪਣੇ ਕੋਲ ਕੀ ਹੈ ਕਿ ਇਹ ਕੀ ਹੈ ਇਹ ਇਹ ਕੀ ਹੈ ਪਾਊਡਰ ਫਾਰਮ ਦੇ ਵਿੱਚ इजीली ਬਣ ਜਾਂਦਾ ਤੇ ਆਪਾਂ ਨੂੰ ਇਹਨੂੰ ਯੂਜ਼ ਕਰਨਾ ਕਿ ਇਹ ਆਸਾਨ ਹੈ ਠੀਕ ਹੈ ਤਾਂ ਕਹਿੰਦੇ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਕੋਲਾ ਕਿਹੜਾ ਹੈ ਬਿਟੂਮੀਨਸ ਹੈ ਤੇ ਸਭ ਤੋਂ ਵੱਧ ਘਰਮੰਦੀ ਮਾਤਰਾ ਕਿਹਦੇ ਚ ਹੁੰਦੀ ਹੈ ਇੱਕ ਐਂਥਰਾਸਾਈਟ ਚ ਹੁੰਦੀ ਹੈ ਤੇ ਸਭ ਤੋਂ ਘਟੀਆ ਕਿਹੜਾ ਹੈ ਲਿਗਨਾਈਟ ਸਭ ਤੋਂ ਘਟੀਆ ਕਿਹੜਾ ਹੈ ਆਪਣੇ ਕੋਲ ਲਿਗਨਾਈਟ ਠੀਕ ਹੈ ਜੀ ਨੈਕਸਟ ਕੁਐਸਚਨ ਦੇਖੋ ਕਹਿੰਦੇ ਹੇਟ ਲਿਖਿਆਂ ਦੇ ਵਿੱਚੋਂ ਕਿਹੜਾ ਪਥਾਰਟੀ ਬਾਲਨ ਨਹੀਂ ਹੈ ਠੀਕ ਹੈ ਹੇਟ ਲਿਖਿਆਂ ਦੇ ਵਿੱਚੋਂ ਕਿਹੜਾ ਪਥਾਰਟੀ ਬਾਲਨ ਨਹੀਂ ਹੈ ਏ অপਸ਼ਨ এ কোলা বি এ পেট্রোল সি এ કુદરતી গ্যাস ডি এ লੱਕੜি ਮੈਂ ਤਾਂ ਡੀ ਪਾਣਾ ਭੁੱਲ ਗਈ ਸੀ সি সি ਲਿਖ ਦਿੱਤਾ ਠੀਕ ਹੈ ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜਾ ਪਥਾਰਟੀ ਬਲਨ ਨਹੀਂ ਹੈ ਇਹਨਾਂ ਦੇ ਵਿੱਚੋਂ ਕਿਹੜਾ ਪਥਾਰਟੀ ਬਲਨ ਨਹੀਂ ਹੈਗਾ ਇਹਨਾਂ ਚੋਂ ਕਿਹੜਾ ਫੋਸਿਲ ਫਿਊਲ ਨਹੀਂ ਹੈਗਾ ਏ অপਸ਼ਨ এ ਕੋਲਾ বি এ পেট্রোল সি এ ਕੁਦਰਤੀ ਗੈਸ ਤੇ ਡੀ এ ਲੱਕੜੀ ਠੀਕ ਹੈ ਤਾਂ ਹੁਣ ਇਹਦੇ ਵਿੱਚ অপਸ਼ਨਸ ਅਲੱਗ-ਅਲੱਗ ਨੇ ਮੈਂ ਤੁਸੀ ਕਹੋਗੀ ਕਿ ਮੈਡਮ ਇੱਕੋ ਕੁਸ਼ਨ ਵਾਰੀ-ਵਾਰੀ ਕਿਉਂ ਪੁੱਛਦੇ ਨੇ ਦੇਖੋ অপਸ਼ਨ ਨਾ ਅਲੱਗ-ਅਲੱਗ ਨੇ ਇਹਦੇ ਵਿੱਚ ਕੁਦਰਤੀ ਗੈਸ ਆ ਗਿਆ ਹੁਣ ਠੀਕ ਹੈ ਤਾਂ ਕੁਦਰਤੀ ਗੈਸ ਵੀ ਆਪਣੇ ਕੋਲ ਕਿ ਹੁੰਦਾ ਆਪਾਂ ਨੂੰ ਨੀਚੋਂ ਹੀ ਮਿਲਦੀ ਹੈ ਧਰਤੀ ਤੋਂ ਜਿੱਥੋਂ ਆਪਣੇ ਕੋਲ ਸੋਰਸਿਸ ਮਿਲਦੇ ਨੇ ਜਿਵੇਂ ਕੋਲ ਪੈਟਰੋਲੀਅਮ ਉਹਨਾਂ ਦੇ ਉੱਪਰ ਆਪਣੇ ਕੋਲ ਪਾਈ ਜਾਂਦੀ ਹੈ ਠੀਕ ਹੈ ਤਾਂ ਇਹ ਆਪਣੇ ਕੋਲ ਇਹ ਵੀ ਫੋਸਲ ਫਿਊਲ ਚਾਹੰਦੀ ਹੈ ਤਾਂ ਸਿਰਫ ਤੇ ਸਿਰਫ ਇੱਕੋ অপਸ਼ਨ ਦੇ ਅਕੋਰਡਿੰਗ ਇਹਦੇ ਵਿੱਚ ਲੱਕੜੀ ਹੈ ਡੀਓ অপਸ਼ਨ ਜਿਹੜਾ ਆਪਣੇ ਕੋਲ ਪਥਾਰਟੀ ਬਲਨ ਨਹੀਂ ਹੈ ਠੀਕ ਹੈ ਤਾਂ ਡੀ ਆਪਸ਼ਨ ਲੱਕੜੀ ਆਪਣੇ ਕੋਲ ਕੀ ਹੈ ਪਠਾਰਟੀ ਵਾਲਨ ਨਹੀਂ ਹੈ ਠੀਕ ਹੈ ਜੀ ਨੈਕਸਟ ਦੇਖੋ ਕਹਿੰਦੇ ਕੁਦਰਤੀ ਗੈਸ ਦਾ ਮੁੱਖ ਅੰਸ਼ ਕੀ ਹੈ ਕੁਦਰਤੀ ਗੈਸ ਦਾ ਮੁੱਖ ਅੰਸ਼ ਕੀ ਹੈ ਏ ਆਪਸ਼ਨ ਹੈ ਮੀਥੇਨ ਬੀ ਹੈ ਇਥੇਨ ਸੀ ਹੈ ਪ੍ਰੋਪੇਨ ਤੇ ਡੀ ਹੈ ਬਿਊਟੇਨ ਇੱਥੇ ਫਾਰਮੂਲੇ ਵੀ ਲਿਖੇ ਹੋਏ ਨੇ ਯਾਦ ਕਰ ਲਿਓ ਮੀਥੇਨ ਦਾ ਫਾਰਮੂਲਾ ਹੈ CH4 ਇਥੇਨ ਦੇ ਵਿੱਚ ਕੀ ਹੈ C2H6 C ਪ੍ਰੋਪੇਨ C3H8 ਤੇ ਡੀ ਬਿਊਟੇਨ C4H10 ਠੀਕ ਹੈ ਤਾਂ ਦੱਸੋ ਇਹਦੇ ਵਿੱਚੋਂ ਕੁਦਰਤੀ ਗੈਸ ਦਾ ਮੁੱਖ ਅੰਸ਼ ਕੀ ਹੈ ਠੀਕ ਹੈ ਮੁੱਖ ਘਟਕ ਕੀ ਹੈ ਦੱਸੋ ਹਾਂਜੀ ਕਿਹੜਾ ਹੈ ਆਪਣੇ ਕੋਲ ਕੁਦਰਤੀ ਗੈਸ ਦਾ ਮੁੱਖ ਅੰਸ਼ ਕੀ ਹੈ ਆਪਣੇ ਕੋਲ ਜੀ ਮੀਥੇਨ ਇਥੇਨ ਪ੍ਰੋਪੇਨ ਜਾਂ ਬਿਊਟੇਨ ਠੀਕ ਹੈ ਤਾਂ ਕੁਦਰਤੀ ਗੈਸ ਦਾ ਮੁੱਖ ਅੰਸ਼ ਆਪਣੇ ਕੋਲ ਕੀ ਹੁੰਦਾ ਹੈ ਮੀਥੇਨ કુદરતી ગેસ ਦਾ ਵੀ મુખ્ય ઘટક ਆਪਣੇ ਕੋਲ ਕੀ ਹੁੰਦਾ ਹੈ ਜੀ ਮੀਥੇਨ রাইਟ অপਸ਼ਨ ਆਪਣੇ ਕੋਲ ਕੀ ਆਏਗੀ A ਮੀਥੇਨ ਠੀਕ ਹੈ ਜੀ ਸੌਰੀ ਨੈਕਸਟ ਕੁਐਸਚਨ ਦੇਖੋ પેટ્રોલિયમ ਦਾ ਸ਼ੁੱਧੀਕਰਨ ਕਹਾ ਹੁੰਦਾ ਹੈ પેટ્રોલિયમ ਦਾ ਸ਼ੁੱਧੀਕਰਨ ਕਹਾ ਹੁੰਦਾ ਹੈ ਲਾਸਟ ਵਾਲੀ ਵੀਡੀਓ ਦੇ ਵਿੱਚ ਵੀ ਡਿਸਕਸ ਕੀਤਾ ਸੀ ਜਦੋਂ પેટ્રોલિયਮ ਨੂੰ ਆਪਾਂ ਕਿਹਨਾਂ ਤੋਂ ਲੈਨੇ ਕਰੂਡ ਆਇਲ ਤੋਂ ਲੈਨੇ ਆ ਠੀਕ ਹੈ ਕੱਚਾ ਤੇਲ ਕਿਹਨੇ ਆ ਉਹ ਉਹਨੂੰ ਕਹਿੰਦੇ ਕਹਿੰਦੇ ਉਹਦਾ ਸ਼ੁੱਧੀਕਰਨ ਪੈਟਰੋਲੀਅਮ ਆਪਾਂ ਜਿੰਨੇ ਤੋਂ ਮਿਲਦਾ ਠੀਕ ਹੈ ਉਹਦੇ ਵਿੱਚ ਪੈਟਰੋਲੀਅਮ ਦੇ ਜਦੋਂ ਆਪਾਂ ਰਿਫਾਈਨਿੰਗ ਕਰਦੇ ਆ ਆਪਾਂ ਨੂੰ ਬਹੁਤ ਸਾਰੇ ਪ੍ਰੋਡਕਟ ਮਿਲਦੇ ਨੇ ਠੀਕ ਹੈ ਤਾਂ ਕਹਿੰਦੇ ਪੈਟਰੋਲੀਅਮ ਦਾ ਸ਼ੁੱਧੀਕਰਨ ਕਹਾਉਂਦਾ ਹੈ ਇਹਦਾ ਮਤਲਬ ਪ੍ਰੋਸੈਸ ਹੁੰਦਾ ਇਹਨੂੰ ਆਪਾਂ ਕੀ ਕਹਿੰਦੇ ਆ ਏ ਇਹ ਵਾਸ਼ਪੀਕਰਨ ਬੀ ਇਹ ਕਾਰਬੋਨਿਕਰਨ ਠੀਕ ਹੈ ਸੀ ਇਹ ਅੰਸ਼ਕ ਕਸ਼ੀਦਨ ਡੀ ਇਹ ਪੰਜ ਕਸ਼ੀਦਨ ਠੀਕ ਹੈ ਤਾਂ ਇਹਦੇ ਚ ਆਪਣੇ ਕੋਲ ਪੈਟਰੋਲੀਅਮ ਹੈ ਜਿਹੜਾ ਉਹ ਆਪਾਂ ਨੂੰ ਮਿਲਦਾ ਹੈ ਫ੍ਰੈਕਸ਼ਨਲ ਡਿਸਟਿਲਿਸ਼ਨ ਨਾਲ ਬਸ ਯਾਦ ਕਰ ਲੋ ਜਿੱਥੇ ਪੈਟਰੋਲੀਅਮ ਦੇ ਨਾਲ ਕੋਈ ਪ੍ਰੋਸੈਸ ਆ ਗਿਆ ਤਾਂ ਆਪਾਂ ਇੱਕੋ ਹੀ ਗੱਲ ਯਾਦ ਰੱਖਣੀ ਹੈ ਫ੍ਰੈਕਸ਼ਨਲ ਡਿਸਟਿਲਿਸ਼ਨ ਥੈਟ ਇਜ਼ ਅੰਸ਼ਕ ਕਸ਼ੀਦਨ ਠੀਕ ਹੈ ਪੈਟਰੋਲੀਅਮ ਫ੍ਰੈਕਸ਼ਨਲ ਡਿਸਟਿਲਿਸ਼ਨ ਜਾਂ ਆਪਾਂ ਕੀ ਕਹਿੰਦੇ ਆ ਅੰਸ਼ਕ ਕਸ਼ੀਦਨ ਤਾਂ ਫੋਟੋ ਦੇ ਦਾ ਰਾਈਟ অপਸ਼ਨ ਆਪਣੇ ਕੋਲ ਕੀ ਹੈ ਜੀ ਸੀ ਕਲੀਅਰ ਠੀਕ ਹੈ ਜੀ 40 ਦਾ ਰਾਈਟ ਆਪਸ਼ਨ ਆਪਣੇ ਕੋਲ ਕੀ ਹੈ ਸੀ ਅੰਸ਼ਕ ਸ਼ੀਦਨ ਜਾਂ ਆਪਾਂ ਕੀ ਕਹਿ ਦਿੰਨੇ ਆ ਅੰਸ਼ਕ ਸ਼ੀਦਨ ਜਾਂ ਆਪਾਂ ਕੀ ਕਹਿ ਦਿੰਨੇ ਆ ਫ੍ਰੈਕਸ਼ਨਲ ਡਿਸਟਿਲੇਸ਼ਨ ਠੀਕ ਹੈ ਜੀ ਨੈਕਸਟ ਦੇਖੋ ਕਹਿੰਦੇ ਚਾਰ ਕੋਲ ਦਾ ਕੈਲੋਰੀ ਮੁੱਲ ਹੁੰਦਾ ਹੈ ਚਾਰ ਕੋਲ ਦਾ ਕੈਲੋਰੀ ਮੁੱਲ ਹੁਣ ਕੈਲੋਰੀ ਮੁੱਲ ਕੀ ਹੁੰਦਾ ਹੈ ਕਹਿੰਦੇ 1 ਗ੍ਰਾਮ ਕੈਲੋਰੀ ਮੁੱਲ ਕਿਸੇ ਵੀ ਫਿਊਲ ਦਾ ਕੈਲੋਰੀ ਮੁੱਲ ਕੀ ਹੁੰਦਾ ਹੈ ਕਹਿੰਦੇ 1 ਗ੍ਰਾਮ ਚਾਹ ਲੱਕੜੀ ਹੈ ਮੰਨ ਲਓ ਲੱਕੜੀ ਲੇ ਲੋ ਕਹਿੰਦੇ 1 ਗ੍ਰਾਮ ਲੱਕੜੀ ਜਲਾਉਣ ਦੇ ਨਾਲ ਤੁਹਾਨੂੰ ਕਿੰਨੀ ਊਰਜਾ ਮਿਲਦੀ ਹੈ 1 ਗ੍ਰਾਮ ਲੱਕੜੀ ਜਲਾਉਣ ਨਾਲ ਤੁਹਾਨੂੰ ਕਿੰਨੀ ਊਰਜਾ ਮਿਲਦੀ ਹੈ ਉਹਨੂੰ ਆਪਾਂ ਕੀ ਕਹਿੰਦੇ ਆ ਕੈਲੋਰੀਫਿਕ ਵੈਲਿਊ ਜਾਂ ਕੈਲੋਰੀ ਮੁੱਲ ਠੀਕ ਹੈ ਜਿਹਦੀ ਜਿਹੜੇ ਫਿਊਲ ਦੀ ਕੈਲੋਰੀਫਿਕ ਵੈਲਿਊ ਜਿੰਨੀ ਜ਼ਿਆਦਾ ਹੁੰਦੀ ਹੈ ਉਹਦਾ ਉਹ ਜਿਹੜਾ ਫਿਊਲ ਹੁੰਦਾ ਹੈ ਉਹ ਜਿਹੜਾ ਬਲਣ ਹੁੰਦਾ ਹੈ ਉਹਨਾਂ ਹੀ ਵਧੀਆ ਹੁੰਦਾ ਹੈ ਜਿਹੜੇ ਬਲਣ ਦੀ ਜਿਹੜੇ ਫਿਊਲ ਦੀ ਕੈਲੋਰੀਫਿਕ ਵੈਲਿਊ ਜਿੰਨੀ ਜ਼ਿਆਦਾ ਹੁੰਦੀ ਹੈ ਉਹਨਾਂ ਹੀ ਜ਼ਿਆਦਾ ਉਹ ਫਿਊਲ ਵਧੀਆ ਹੁੰਦਾ ਹੈ ਠੀਕ ਹੈ ਬਟ ਕਹਿੰਦੇ ਕੀ ਹੁਣ ਦੇਖੋ ਕਹਿੰਦੇ ਜਿਹੜੀ ਹਾਈਡਰੋਜਨ ਗੈਸ ਹੈ ਨਾ H2 ਹੈ ਇਨ ਦਾ ਕੈਲੋਰੀਫਿਕ ਵੈਲਿਊ ਆਪਣੇ ਕੋਲ ਕਿੰਨੀ ਹੈ 150 ਹੈ ਇਹਦੀ ਕੈਲੋਰੀਫਿਕ ਵੈਲਿਊ ਆਪਣੇ ਕੋਲ ਕਿੰਨੀ ਹੈ 150 ਹੈ ਕਿਲੋ ਜੂਲ ਪਰ ਗ੍ਰਾਮ ਮਤਲਬ 1 ਗ੍ਰਾਮ ਹਾਈਡਰੋਜਨ ਗੈਸ ਨੂੰ ਜਲਾਉਣ ਤੇ ਆਪਣੇ ਕੋਲ 150 ਕਿਲੋ ਜੂਲ એનર્ਜੀ ਮਿਲਦੀ ਹੈ ਤੇ ਸੀ ਐਲਪੀਜੀ ਐਲਪੀਜੀ ਜਿਹੜੀ ਆਪਾਂ ਘਰਾਂ ਦੇ ਵਿੱਚ ਵਰਤਦੇ ਹਾਂ ਇਹਦੇ ਵਿੱਚ 1 ਗ੍ਰਾਮ ਨੂੰ ਜਲਾਉਣ ਤੇ ਆਪਾਂ ਨੂੰ ਜਾ ਤੋ 55 ਕਿਲੋ ਜ਼ੂਲ એનર્ਜੀ ਮਿਲਦੀ ਹੈ ਠੀਕ ਹੈ ਪਰ ਕਹਿੰਦੇ ਜਿਹੜੇ ਹਾਈਡਰੋਜਨ ਗੈਸ ਹੈ ਇਹਨਾਂ ਨੂੰ ਆਪਾਂ ਘਰਾਂ ਦੇ ਵਿੱਚ ਫਿਰ ਕਿਉਂ ਨਹੀਂ ਯੂਜ਼ ਕਰਦੇ ਇਹਦੇ ਤੋਂ ਤਾਂ ਆਪਾਂ ਨੂੰ ਤਿੰਨ ਗੁਣਾ ਜ਼ਿਆਦਾ એનર્ਜੀ ਮਿਲ ਜਾਂਦੀ ਹੈ ਹੈਨਾ ਕਿੱਥੇ 50 ਮਿਲਦੀ ਹੈ ਭੀ ਇਹ 55 ਮਿਲਦੀ ਹੈ ਭੀ ਤੇ ਕਿੱਥੇ ਆਪਾਂ ਨੂੰ 150 ਮਿਲ ਜਾਂਦੀ ਹੈ ਫਿਰ ਤਾਂ ਹਾਈਡਰੋਜਨ ਗੈਸ ਯੂਜ਼ ਕਰਨੀ ਚਾਹੀਦੀ ਆਪਾਂ ਨੂੰ ਘਰਾਂ ਦੇ ਵਿੱਚ ਹੈ ਨਾ ਰੋਟੀ ਬਣਾਉਣ ਵਾਸਤੇ ਪਰ ਕਹਿੰਦੇ ਜੀ ਨਹੀਂ ਅਸੀਂ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਜੀ ਕਿਉਂਕਿ ਹਾਈਡਰੋਜਨ ਗੈਸ ਕੀ ਹੈ ਆਪਣੇ ਕੋਲ ਵਿਸਫੋਟਕ ਗੈਸ ਹੈ ਇੱਕ ਚਿੰਗਾਰੀ ਲੈ ਕੇ ਜਾਣ ਦੀ ਜ਼ਰੂਰਤ ਹੈ ਕੋਲ ਸਿਰਫ ਇੱਕ ਚਿੰਗਾਰੇ ਮਾਚਸ ਦੀ ਟੀਲੀ ਦੀ ਤਾਂ ਜ਼ਰੂਰਤ ਹੀ ਨਹੀਂ ਐਲਪੀਜੀ ਗੈਸ ਦਾ ਪ੍ਰੈਸ਼ਰ ਤੇ ਫਟਦੀ ਏ ਠੀਕ ਹੈ ਪਰ ਇਹਦੇ ਕੋਲ ਜੇਕਰ ਤੁਸੀਂ ਇਹਦੇ ਕੋਲ ਚਿੰਗਾਰੀ ਵੀ ਲਾਈ ਜੇ ਤਾਂ ਕੀ ਇਹ ਆਪਣੇ ਕੋਲ ਜਦੋਂ ਬਲਦੀ ਹੈ ਨਾ ਇਹਦੇ ਨਾਲ ਕੀ ਹੁੰਦਾ ਜਦੋਂ ਇਹ ਫਟਦੀ ਏ ਜਦੋਂ ਇਹ ਅੱਗ ਫਟਦੀ ਏ ਤਾਂ ਇਹ ਕੱਲੀ ਅੱਗ ਹੀ ਨਹੀਂ ਫਟਦੀ ਇਹ ਪੂਰਾ ਦਾ ਪੂਰਾ ਧਮਾਕਾ ਪਾ ਦਿੰਦੀ ਹੈ ਠੀਕ ਹੈ ਜੀ ਤਾਂ ਇਹਨੂੰ ਆਪਾਂ ਨਹੀਂ ਯੂਜ਼ ਕਰ ਦਿੰਦੇ ਕਰ ਸਕਦੇ ਕਿਉਂਕਿ ਹਾਈਡਰੋਜਨ ਗੈਸ ਕੀ ਏ ਵਿਸਫੋਟਕ ਗੈਸ ਏ ਠੀਕ ਹੈ ਤਾਂ ਹਾਈਡਰੋਜਨ ਗੈਸ ਜਿੱਥੇ ਹੁੰਦੀ ਉਹਥੇ ਤਾਂ ਲੋਕਾਂ ਨੂੰ ਦੂਰ ਰੱਖਿਆ ਜਾਂਦਾ ਹੈ ਠੀਕ ਹੈ ਤਾਂ ਕਹਿੰਦੇ ਹੁਣ ਆਪਾਂ ਗੱਲ ਕਰਦੇ ਪਏ ਸੀ ਚਾਰ ਕੋਲ ਦਾ ਕੈਲੋਰੀਮੁੱਲ ਕਿੰਨਾ ਹੈ ਚਾਰ ਕੋਲ ਦਾ ਕੈਲੋਰੀਮੁੱਲ ਕਿੰਨਾ ਹੈ ਇਹ ਆਪਸ਼ਨ ਹੈ 33 ਕਿਲੋ ਜੂਲ ਪਰ ਗ੍ਰਾਮ ਬੀ ਇਹ 30 ਕਿਲੋ ਜੂਲ ਪਰ ਗ੍ਰਾਮ ਸੀ ਇਹ 35 ਡੀ ਇਹ 32 ਠੀਕ ਹੈ ਤਾਂ ਚਾਰ ਕੋਲ ਦੀ ਕੈਲੋਰੀਫਿਕ ਵੈਲਿਊ ਹੁੰਦੀ ਆਪਣੇ ਕੋਲ ਜੀ 33 ਏ ਆਪਸ਼ਨ ਚਾਰ ਕੋਲ ਦੀ ਆਪਣੇ ਕੋਲ ਦਾ ਉਹ ਵੈਲਿਊ ਕਿੰਨੀ ਹੁੰਦੀ ਹੈ ਕਲੋਰੀਫਿਕ ਵੈਲਿਊ ਕੀ ਹੁੰਦੀ ਹੈ 33 ਕਿਲੋ ਜੂਲ ਪਰ ਗ੍ਰਾਮ ਠੀਕ ਹੈ ਮਤਲਬ 1 ਗ੍ਰਾਮ ਜਲਾਉਣ ਤੇ ਆਪਾਂ ਨੂੰ 33 ਕੇ ਕਿਲੋ ਜੂਲ એનર્ਜੀ ਮਿਲਦੀ ਹੈ ए ਆਪਸ਼ਨ ਠੀਕ ਹੈ ਜੀ ਨੈਕਸਟ ਦੇਖੋ ਕਹਿੰਦੇ ਜਦੋਂ ਔਇਲ ਨੂੰ ਜਲਾਇਆ ਜਾਂਦਾ ਹੈ ਤਾਂ ਇਹ ਉਤਪੰਨ ਕਰਦੀਆਂ ਹਨ ਕਿਹਦੇ ਜਿਹੜਾ ਔਇਲ ਹੁੰਦਾ ਜਿਹੜਾ ਆਪਾਂ ਨੂੰ ਧਰਤੀ ਦੇ ਥਲੋ ਤੇਲ ਮਿਲਦਾ ਹੈ ਕਹਿੰਦੇ ਜਦੋਂ ਉਹਨੂੰ ਆਪਾਂ ਚਲਾਣੇ ਆ ਤਾਂ ਉਹਦੇ ਤੋਂ ਕਿਹੜੀ ਗੈਸ ਮਿਲਦੀ ਹੈ ਏ ਆਪਸ਼ਨ ਹੈ ਸਲਫਰ ਡਾਈਆਕਸਾਈਡ ਬੀ ਇਹ ਸਲਫਰ ਹੈਕਸਾਫਲੋਰਾਈਡ ਸੀ ਇਹ ਕਾਰਬਨ ਡਾਈਆਕਸਾਈਡ ਡੀ ਇਹ ਆਕਸੀਜਨ ਠੀਕ ਹੈ ਤਾਂ ਜਦੋਂ ਔਇਲ ਨੂੰ ਜਲਾਇਆ ਜਾਂਦਾ ਤਾਂ ਆਪਾਂ ਨੂੰ ਕਿਹੜੀ ਗੈਸ ਮਿਲਦੀ ਹੈ ਜੀ ਸਲਫਰ ਡਾਈਆਕਸਾਈਡ ਕਿਹੜੀ ਮਿਲਦੀ ਹੈ ਜੀ ਸਲਫਰ ਡਾਈਆਕਸਾਈਡ ਕਲੀਅਰ A ਆਪਸ਼ਨ 42 ਦਾ A ਆਪਸ਼ਨ ਸਲਫਰ ਡਾਈਆਕਸਾਈਡ ਜਦੋਂ ਓਇਲ ਨੂੰ ਜਨਾਨਿਆ ਤਾਂ ਆਪਾਂ ਨੇ ਕੋਲ ਸਲਫਰ ਡਾਈਆਕਸਾਈਡ ਗੈਸ ਕੀ ਹੁੰਦੀ ਹੈ ਉਤਪੰਨ ਹੁੰਦੀ ਹੈ ਇਹ ਵੀ ਆਪਣੇ ਵਾਸਤੇ ਵਧੀਆ ਨਹੀਂ ਹੁੰਦੀ ਠੀਕ ਹੈ ਸਲਫਰ ਡਾਈਆਕਸਾਈਡ ਤੇ ਨਾਈਟ੍ਰੋਜਨ ਆਕਸਾਈਡ ਉੱਪਰ ਜਾ ਕੇ ਜਦੋਂ ਆਪਣੇ ਕੋਲ ਵਰਖਾ ਆਉਂਦੀ ਹੈ ਤਾਂ ਤੇਜਾਬੀ ਵਰਖਾ ਬਣਾਉਂਦੇ ਨੇ ਜੋ ਕਿ ਆਪਣੀਆਂ ਫਸਲਾਂ ਵਾਸਤੇ ਆਪਣੇ ਆਪਣੇ ਵਾਸਤੇ ਕੀ ਹੈ ਜੀ ਹਾਨੀ ਕਰਕੇ ਠੀਕ ਹੈ ਨੈਕਸਟ ਸਿਕੋ ਕਹਿੰਦੇ ਕਿਹੜਾ ਬਾਲਨ ਪਰਮਾਨੂ ਊਰਜਾ ਉਤਪੰਨ ਕਰਨ ਚ ਵਰਤਿਆ ਜਾਂਦਾ ਹੈ ਠੀਕ ਹੈ ਕਿਹੜਾ ਪਰਬਾਲਨ ਬਹੁਤ ਇੰਪੋਰਟੈਂਟ ਕੁਸ਼ਚਨ ਹੈ ਕਹਿੰਦੇ ਕਿਹੜਾ ਬਾਲਨ ਪਰਮਾਨੂ ਊਰਜਾ ਉਤਪੰਨ ਕਰਨ ਚ ਵਰਤਿਆ ਜਾਂਦਾ ਹੈ ਦੱਸੋ ਜੀ ਯੂ ਇੱਥੇ ਡਿਨੋਟ ਕਰਦਾ ਹੈ ਯੂਰੇਨੀਅਮ ਠੀਕ ਹੈ ਤੇ TiH ਡਿਨੋਟ ਕਰਦਾ ਹੈ ਥੋਰੀਅਮ ਪਹਿਲੀ ਆਪਸ਼ਨ ਹੈ ਜੀ ਯੂ 235 ਦੂਜੀ ਇਹ ਬੀ ਆਪਸ਼ਨ ਹੈ ਯੂ 239 ਸੀ ਇਹ ਥੋਰੀਅਮ 232 ਡੀ ਇਹ ਯੂ 238 ਠੀਕ ਹੈ ਜੀ 238 ਤਾਂ ਇਹਦੇ ਵਿੱਚੋਂ ਆਪਾਂ ਇਹਦੇ ਵਿੱਚੋਂ ਆਪਾਂ ਕਿਹੜਾ ਕਿਹੜੀ ਕਿਹੜਾ ਵੈਲਿਊ ਹੈ ਕਿਹੜੀ ਜਿਹੜਾ ਆਪਾਂ ਯੂਰੇਨੀਅਮ ਦਾ thorium ਤਾਂ ਬਿਲਕੁਲ ਨਹੀਂ ਯੂਜ਼ ਕਰਦੇ ਜੀ ਠੀਕ ਹੈ ਤਾਂ ਕਿਹੜਾ ਯੂਰੇਨੀਅਮ ਦਾ ਕਿਹੜਾ ਯੂਜ਼ ਕਰਦੇ ਆਪਾਂ ਪਰਮਾਣੂ ਊਰਜਾ ਦੇ ਵਿੱਚ ਮਤਲਬ ਨਿਊਕਲੀਅਰ ਬੋਮਬ ਵੀ ਆ ਕੁਝ ਵੀ ਬਣਾਉਣ ਦੇ ਵਿੱਚ ਕਿਹੜਾ ਯੂਜ਼ ਕਰਦੇ ਆਪਾਂ ਆਪਾਂ ਯੂਜ਼ ਕਰਦੇ ਆ ਜੀ ਯੂਰੇਨੀਅਮ 235 ਠੀਕ ਹੈ ਯੂਰੇਨੀਅਮ 235 ਇਹਦਾ ਮਾਸ ਹੁੰਦਾ ਹੈ ਠੀਕ ਹੈ 92 ਇਹਦਾ ਐਟੋਮਿਕ ਨੰਬਰ ਹੁੰਦਾ ਠੀਕ ਹੈ ਜੀ U 235 92 ਨੈਕਸਟ ਦੇਖੋ ਕਹਿੰਦੇ ਵੇਵ એનર્ਜੀ ਦੇ ਵਿੱਚ ਕੀ ਸੂਰਜਾ ਨੂੰ ਪਰਵਰਤਿਤ ਕੀਤਾ ਜਾਂਦਾ ਹੈ ਵੇਵ એનર્ਜੀ ਦੇ ਵਿੱਚ ਵੇਵ એનર્ਜੀ ਮਤਲਬ ਲਹਿਰਾਂ ਪਾਣੀ ਦੀਆਂ ਸਮੁੰਦਰ ਦੀਆਂ ਜਿਹੜੀਆਂ ਲਹਿਰਾਂ ਆਉਂਦੀਆਂ ਨੇ ਉਹਦੇ ਤੋਂ ਵੀ ਆਪਾਂ એનર્ਜੀ ਪੈਦਾ ਕਰ ਸਕਦੇ ਹਾਂ ਠੀਕ ਹੈ ਔਰ ਇਹ ਸਭ ਤੋਂ ਚੀਪੈਸਟ ਆਪਣੇ ਕੋਲ ਵੇ ਹੈ ਚੀਪੈਸਟ ਵੇ ਹੈ એનર્ਜੀ ਪੈਦਾ ਕਰਨ ਦਾ ਠੀਕ ਹੈ ਆਪਾਂ ਤਾਂ ਪਾਣੀ ਵੀ ਨਹੀਂ ਯੂਜ਼ ਕਰਦੇ ਪਏ ਜੀ ਕਹਿੰਦੇ ਆਪਾਂ ਤਾਂ ਪਾਣੀ ਵੀ ਨਹੀਂ ਯੂਜ਼ ਕਰਦੇ ਪਏ ਆਪਾਂ ਸਿਰਫ ਕੀ ਕਰਦੇ ਪਈਆਂ ਜਿਹੜੀਆਂ ਲਹਿਰਾਂ ਆਂਦੀਆਂ ਪਈਆਂ ਨੇ ਉਹ ਕਿੰਨੀ ਗਤੀ ਨਾਲ ਆਂਦੀਆਂ ਪਈਆਂ ਨੇ ਸਿਰਫ ਤੇ ਸਿਰਫ ਉਨੂੰ ਹੀ ਯੂਜ਼ ਕਰਤੀਆਂ ਜਿਹੜੀਆਂ ਲਹਿਰਾਂ ਦੀ ਵੈਲੋਸਟੀ ਹੈ ਉਹਨੂੰ ਯੂਜ਼ ਕਰਦੇ ਆ ਆਪਾਂ ਤਾਂ ਪਾਣੀ ਵੀ ਯੂਜ਼ ਨਹੀਂ ਕਰਦੇ ਇਹ ਚੀਪਸਟ ਵੀ ਹੈ એનર્ਜੀ ਬਣਾਉਂਦਾ ਠੀਕ ਹੈ ਤਾਂ ਕਹਿੰਦੇ ਲਹਿਰਾਂ ਦੀ ਊਰਜਾ ਦੇ ਵਿੱਚ ਕਿਸ ਊਰਜਾ ਨੂੰ ਪਰਵਰਤਿਤ ਕੀਤਾ ਜਾਂਦਾ ਹੈ ਕਿਹੜੀ ਊਰਜਾ ਨੂੰ ਪਰਵਰਤਿਤ ਕੀਤਾ ਜਾਂਦਾ ਜੀ ਕਿਹੜੀ ਲਹਿਰਾਂ ਦੇ ਕੋਲ ਕਿਹੜੀ ਕਿਹੜੀ ਊਰਜਾ ਹੁੰਦੀ ਹੈ A ਇਸ ਸਟੈਟਿਕ એનર્ਜੀ ਠੀਕ ਹੈ B ਹੈ ਕਾਈਨੇਟਿਕ એનર્ਜੀ C ਹੈ ਸੋਲਰ એનર્ਜੀ ਸੋਲਰ એનર્ਜੀ ਹੋਏਗੀ ਨਈ ਨਾ ਠੀਕ ਹੈ ਸਟੈਟਿਕ એનર્ਜੀ ਸਟੈਟਿਕ ਦਾ ਮਤਲਬ ਸਥਿਤ ਠੀਕ ਹੈ ਹੁਣ ਲਹਿਰਾਂ ਤਾਂ ਚਲਦੀਆਂ ਪਈਆਂ ਨੇ ਤਾਂ ਸਥਿਤ ਕਿੱਥੋਂ ਆਈਆਂ ਠੀਕ ਹੈ ਬੀ ਆਪਸ਼ਨ ਹੈਗੀ ਆਪਣੇ ਕੋਲ ਕਾਈਨੇਟਿਕ એનર્ਜੀ ਗਤੀਜ ਊਰਜਾ ਤਾਂ ਜਿਹੜੀਆਂ ਲਹਿਰਾਂ ਮੂਵ ਕਰਦੀਆਂ ਪਈਆਂ ਚਲਦੀਆਂ ਪਈਆਂ ਨੇ ਤਾਂ ਉਹਨਾਂ ਕੋਲ ਮਤਲਬ ਉਹਨਾਂ ਦੀ ਵੈਲੋਸਿਟੀ ਹੈ ਤਾਂ ਉਹਨਾਂ ਕੋਲ ਕਿਹੜੀ ਊਰਜਾ ਹੈ ਜੀ ਗਤੀਜ ਊਰਜਾ ਠੀਕ ਹੈ ਤਾਂ ਵੇਵ એનર્ਜੀ ਜਾਂ ਲਹਿਰਾਂ ਦੀ ਊਰਜਾ ਦੇ ਵਿੱਚ ਕਿਹੜੀ એનર્ਜੀ ਨੂੰ ਆਪਾਂ ਪਰਿਵਰਤਿਤ ਕਰਦੇ ਹਾਂ ਕਾਈਨੇਟਿਕ એનર્ਜੀ ਨੂੰ ਪਰਿਵਰਤਿਤ ਕਰਦੇ ਹਾਂ ਚਾਹੇ ਉਹਨੂੰ ਆਪਾਂ ਮਕੈਨੀਕਲ 'ਚ ਕਰੀਏ ਚਾਹੇ ਉਹਨੂੰ ਆਪਾਂ ਇਲੈਕਟ੍ਰਿਸਿਟੀ 'ਚ ਕਰੀਏ ਉਹ ਆਪਣੀ ਇੱਛਾ ਹੈ ਠੀਕ ਹੈ ਜੀ ਪਰ ਉਹਨਾਂ ਦੇ ਵਿੱਚ ਕਿਹੜੀ ਊਰਜਾ ਹੁੰਦੀ ਹੈ ਲਹਿਰਾਂ ਦੇ ਕੋਲ ਕਿਹੜੀ ਊਰਜਾ ਹੁੰਦੀ ਹੈ ਜੀ ਕਾਈਨੇਟਿਕ એનર્ਜੀ ਹੁੰਦੀ ਹੈ ਗਤੀਜ ਊਰਜਾ ਠੀਕ ਹੈ ਜੀ ਕਲੀਅਰ ਨੈਕਸਟ ਕੁਸ਼ਚਨ ਦੇਖੋ ਕਹਿੰਦੇ ਤਾਪ ਅਤੇ ਪ੍ਰਕਾਸ਼ ਦੇ ਰੂਪ ਵਿੱਚ ਊਰਜਾ ਪ੍ਰਾਪਤ ਹੁੰਦੀ ਹੈ ਤਾਪ ਅਤੇ ਪ੍ਰਕਾਸ਼ ਦੇ ਰੂਪ ਵਿੱਚ ਊਰਜਾ ਪ੍ਰਾਪਤ ਹੁੰਦੀ ਹੈ ਕਹਿੰਦੇ ਜਿਹੜੀਆਂ ਥੱਲੇ ਚਾਰ ਆਪਸ਼ਨਾਂ ਦਿੱਤੀਆਂ ਨੇ ਨਾ ਇਹਨਾਂ ਦੇ ਵਿੱਚੋਂ ਕਿਹਦੇ ਤੋਂ ਆਪਾਂ ਨੂੰ ਤਾਪ ਵੀ ਮਿਲਦਾ ਹੈ ਤੇ ਪ੍ਰਕਾਸ਼ ਵੀ ਮਿਲਦਾ ਹੈ ਮਤਲਬ ਹੀਟ ਵੀ ਮਿਲਦੀ ਹੈ ਤੇ ਲਾਈਟ ਵੀ ਮਿਲਦੀ ਹੈ ਕਿੰਦੇ ਕੋਲੋਂ ਆਪਾਂ ਨੂੰ ਹੀਟ ਵੀ ਮਿਲਦੀ ਹੈ ਤੇ ਲਾਈਟ ਵੀ ਮਿਲਦੀ ਪਥਾਰਟੀ ਬਾਲਣ ਪਥਾਰਟੀ ਬਾਲਣ ਫੋਸਿਲ ਫਿਊਲ ਤੋਂ ਆਪਾਂ ਨੂੰ ਸਿਰਫ ਤੇ ਸਿਰਫ ਕੀ ਮਿਲਦੀ ਹੈ ਹੀਟ ਮਿਲਦੀ ਹੈ ਪ੍ਰਕਾਸ਼ ਨਹੀਂ ਮਿਲਦਾ ਆਪਾਂ ਨੂੰ ਉਹਨਾਂ ਨੂੰ ਚਲਾ ਕੇ ਆਪਾਂ ਅਦੇ ਘਰੇ ਰੋਸ਼ਨੀ ਨਹੀਂ ਕਰ ਸਕਦੇ ਠੀਕ ਹੈ ਬਾਇਓਮਾਸ ਇਹਨਾਂ ਤੋਂ ਵੀ ਨਹੀਂ ਮਿਲਦੀ ਸਿੰਪਲ ਆਪਾਂ ਨੂੰ ਕੀ ਮਿਲਦੀ ਹੈ ਤਾਪ ਮਿਲ ਸਕਦਾ ਹੈ ਹੀਟ ਮਿਲ ਸਕਦੀ ਹੈ ਪਰ ਆਪਾਂ ਲਾਈਟ ਨਹੀਂ ਜਗਾ ਸਕਦੇ ਵਾਯੂ ਊਰਜਾ ਮਤਲਬ ਪਾਜੜੀ ਹਵਾ ਦੀ ਊਰਜਾ ਹੈ ਉਹਦੇ ਨਾਲ ਵੀ ਹਵਾ ਨਾਲ ਆਪਾਂ ਨੂੰ ਰੋਸ਼ਨੀ ਤਾਂ ਨਹੀਂ ਮਿਲਣ ਵਾਲੀ ਨਾ ਠੀਕ ਹੈ ਰਹਿ ਕੀ ਆਪਣੇ ਕੋਲ ਸੂਰਜੀ ਊਰਜਾ ਸੂਰਜ ਦੀ ਊਰਜਾ ਸੂਰਜ ਦੀ ਊਰਜਾ ਤੋਂ ਆਪਾਂ ਨੂੰ ਕੀ ਮਿਲਦਾ ਹੈ ਜੀ ਤਾਪ ਵੀ ਮਿਲਦਾ ਹੈ ਹੀਟ ਵੀ ਮਿਲਦੀ ਹੈ ਤੇ ਲਾਈਟ ਵੀ ਮਿਲਦੀ ਹੈ ਠੀਕ ਹੈ ਤਾਂ 45 ਤੇ ਦੀ ਰਾਈਟ অপਸ਼ਨ ਕੀ ਆਏਗੀ ਸੀ ਨੈਕਸਟ ਕੁਸਚਨ ਦੇਖੋ 46 ਕਿੰਦੇ ਇਹਨਾਂ ਦੇ ਵਿੱਚੋਂ ਕਿਹੜਾ ਗੈਰ ਪਰੰਪਰਾਗਤ ਊਰਜਾ ਸਰੋਤ ਹੈ ਇੰਨਾ ਹਿੱਤ ਕਿਹੜਾ ਗੈਰ ਪਰੰਪਰਾਗਤ ਊਰਜਾ ਸਰੋਤ ਹੈ ਗੈਰ ਪਰੰਪਰਾਗਤ ਯਾ ਇਹਨੂੰ ਆਪਾਂ ਕੀ ਕਹਿੰਦੇ ਨੇ ਨਵਿਨੀ ਕਰਨ ਠੀਕ ਹੈ ਨਵਿਨੀ ਕਰਨ ਮਤਲਬ ਜਿਹਨਾਂ ਨੂੰ ਆਪਾਂ ਦੁਬਾਰਾ ਬਣਾ ਸਕਤੀਆਂ ਰੀਨਿਊਏਬਲ ਠੀਕ ਹੈ ਅਗੇਨ ਐਂਡ ਅਗੇਨ ਆਪਾਂ ਉਹਨੂੰ ਲੈ ਸਕਦੇ ਹਾਂ ਠੀਕ ਹੈ ਤਾਂ ਕਿਹੜਾ ਹੈ ਇਹ ਹੈ ਪ੍ਰਾਕਿਰਤਿਕ ਗੈਸ ਨੈਚੁਰਲ ਗੈਸ ਇਹ ਯਾਦ ਰੱਖਦਾ ਹੈ ਕੰਪਰੈਸਡ ਨੈਚੁਰਲ ਗੈਸ ਤੇ ਨੈਚੁਰਲ ਗੈਸ ਦੇ ਵਿੱਚ ਫਰਕ ਕੀ ਹੈ ਠੀਕ ਹੈ ਦੋਨੋਂ ਨੂੰ ਮਿਕਸ ਨਾ ਕਰ ਦਿਓ ਏ ਐ ਪ੍ਰਕਿਰਤਿਕ ਗੈਸ ਬੀ ਇਹ ਕੋਇਲਾ ਸੀ ਇਹ ਸੂਰਜੀ ਊਰਜਾ ਡੀ ਇਹ ਪਰਮਾਣੂ ਊਰਜਾ ਠੀਕ ਹੈ ਪ੍ਰਕਿਰਤਿਕ ਗੈਸ ਕੋਇਲਾ ਤੇ ਪਰਮਾਣੂ ਊਰਜਾ ਇਹ ਆਪਣੇ ਕੋਲ ਸਾਰੇ ਕੀ ਨੇ ਇਹ ਇਹ ਸਾਰੇ ਆਪਣੇ ਕੋਲ ਕੀ ਨੇ ਜੀ ਨੋਨ ਰੀਨਿਊਏਬਲ ਨੇ ਠੀਕ ਹੈ ਨੋਨ ਰੀਨਿਊਏਬਲ ਨੇ ਨੈਚੁਰਲ ਗੈਸ ਵੀ ਕੋਇਲਾ ਵੀ ਤੇ ਪਰਮਾਣੂ ਊਰਜਾ ਵੀ ਠੀਕ ਹੈ ਨਿਊਕਲੀਅਰ એનર્ਜੀ ਇਹ ਸਾਰੇ ਆਪਣੇ ਕੋਲ ਕੀ ਨੇ ਪਰੰਪਰਾਗਤ ਨਹੀਂ ਠੀਕ ਹੈ ਅਨਵਿਨੀਕਰਨ ਇਹਨਾਂ ਨੂੰ ਅਪਨਾ ਨਵਿਨੀਕਰਨ ਹੈ ਆਪਾਂ ਇਹਨਾਂ ਨੂੰ ਜਾਂ ਨੋਨ ਰੀਨਿਊਏਬਲ ਇਹਨਾਂ ਨੂੰ ਆਪਾਂ ਦੁਬਾਰਾ ਨਹੀਂ ਲੈ ਸਕਦੇ ਠੀਕ ਹੈ ਤਾਂ ਆਪਣੇ ਕੋਲ ਨਵਿਨੀਕਰਨ ਵਾਲਾ ਸਰੋਤ ਕਿਹੜਾ ਹੈ ਆਪਣੇ ਕੋਲ ਜੋ ਗੈਰ ਪਰੰਪਰਾਗਤ ਊर्जा ਸਰੋਤ ਕਿਹੜਾ ਹੈ ਜੀ ਸੂਰਜੀ ਊਰਜਾ ਸੀ ਆਪਸ਼ਨ ठीक है जी कि ऑप्शन सी ऑप्शन सूरजी ऊर्जा ये अपना खड़ा है गैर परंपरागत है नैक्सट देखो केंद्र इन्होंने केैर नवीनीकरण या परंपरागत उल्टा हो गया ठीक है कि गैर नवीनीकरण या परंपरागत ऊर्जा स्रोत है ए ऑप्शन है पानी बी ऑप्शन है हवा सी ए जवार डी ए कोयला ठीक है तो देखो पानी पानी में भी आप दोबारा लै स हवा में भी आपबारा लैसते हैं जवार पाठा की ऊर्जा भी दोबारा लै सकते हैं रह गई जी कोयला कोयला अपने को है परंपरागत इन्हों 12 ਨਹੀਂ ਲੈ ਸਕਦੇ ਗੈਰ ਨਵੀਨੀ ਕਰਨਾ ਹੈ ਠੀਕ ਹੈ ਜੀ ਤਾਂ 47 ਦੀ ਰਾਈਟ ਆਪਸ਼ਨ ਕੀ ਆਏਗੀ ਆਪਣੇ ਕੋਲ ਡੀ 47 ਦੀ ਰਾਈਟ ਆਪਸ਼ਨ ਕੀ ਆਏਗੀ ਜੀ ਡੀ ਨੈਕਸਟ ਦੇਖੋ 48 ਕਹਿੰਦੇ ਉਪਯੋਗ ਦੇ ਆਧਾਰ ਤੇ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਕੋਲਾ ਕਿਹੜਾ ਹੈ ਆਪਾਂ ਹੁਣੇ ਥੋੜੀ ਦੇਰ ਪਹਿਲਾਂ ਉੱਪਰ ਗੱਲ ਕੀਤੀ ਹੈ ਕਹਿੰਦੇ ਉਪਯੋਗ ਦੇ ਆਧਾਰ ਤੇ ਸਭ ਤੋਂ ਜ਼ਿਆਦਾ ਆਪਾਂ ਕਿਹੜਾ ਕੋਲਾ ਵਰਤਦੇ ਹਾਂ ਜੀ ਸਭ ਤੋਂ ਜ਼ਿਆਦਾ ਕਿਹੜਾ ਕੋਲਾ ਵਰਤਦੇ ਹਾਂ ਬਿਟੂਮਿਨਸ ਠੀਕ ਹੈ ਕਿਹੜਾ ਬਿਟੂਮੀਨ ਹੈ? ḍe ਆਪਸ਼ਨ ਹੈ। ਸਭ ਤੋਂ ਜ਼ਿਆਦਾ ਕਾਰਬਨ ਦੀ ਮਾਤਰਾ ਕਿੰਦੇ ਚ ਹੁੰਦੀ ਹੈ? ਐਂਥਰਾਸਾਈਟ ਦੇ ਵਿੱਚ 86 ਤੋਂ 98% ਹੁੰਦੀ ਹੈ। ਇਹਦੇ ਵਿੱਚ 45% ਦੇ ਨੇੜੇ ਹੁੰਦੀ ਹੈ। ਠੀਕ ਹੈ? ਪਰ ਸਭ ਤੋਂ ਜ਼ਿਆਦਾ ਆਪਾਂ ਕਿਹੜਾ ਯੂਜ਼ ਕਰਦੇ ਹਾਂ? ਬਿਟੂਮੀਨਸ। ਕਿਉਂਕਿ ਐਂਥਰਾਸਾਈਟ ਕੀ ਹੁੰਦਾ ਬਹੁਤ ਹੀ ਜ਼ਿਆਦਾ ਕੀ ਹੁੰਦਾ ਆਪਣੇ ਕੋਲ ਹਾਰਡ ਹੁੰਦਾ ਹੈ। ਆਪਾਂ ਇਹਦਾ ਪਾਊਡਰ ਨਹੀਂ ਬਣਾ ਬਣਾਉਣਾ ਆਪਾਂ ਨੂੰ ਹੱਕ ਹੋ ਜਾਂਦਾ ਹੈ। ਸਭ ਤੋਂ ਘਟਿਆ ਕਿਹੜਾ ਹੈ ਜੀ? ਲਿਗਨਾਈਟ ਨੈਕਸਟ ਸੇਕੋ ਕਹਿੰਦੇ ਸੂਰਜੀ ਊਰਜਾ ਦੇ ਵਿੱਚ ਕਿਹੜੀਆਂ ਗ੍ਰੀਕੀ ਵਿਕਰਨਾ ਗਰਮੀ ਮਹਿਸੂਸ ਕਰਵਾਂਤੀਆਂ ਹਨ ਇੱਕ ਇਹ ਵਾਲਾ ਕੁਐਸਚਨ ਆਪਾਂ ਕਰ ਰਹੇ ਆ ਸ਼ਾਇਦ ਰਿਪੀਟ ਕਰ ਰਹੇ ਆ ਠੀਕ ਹੈ ਕਹਿੰਦੇ ਸੂਰਜੀ ਊਰਜਾ ਦੇ ਵਿੱਚ ਕਿਹੜੀਆਂ ਵਿਕਰਨਾ ਕਰਕੇ ਆਪਾਂ ਨੂੰ ਗਰਮੀ ਮਹਿਸੂਸ ਹੁੰਦੀ ਹੈ ਏ ਆਪਸ਼ਨ ਹੈ ਵਿਜ਼ੀਬਲ ਬੀ ਹੈ ਇਨਫਰਾ ਰੈਡ ਸੀ ਹੈ ਅਲਟਰਾਵਾਈਟ ਡੀ ਹੈ ਮਾਈਕ੍ਰੋਵੇਵਜ਼ ਠੀਕ ਹੈ ਤਾਂ ਕਿਹੜੀਆਂ 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 ਆਪਣੇ ਕੋਲ ਊਰਜਾ ਆਪਣੇ ਕੋਲ ਆਪਾਂ ਨੂੰ ਗਰਮੀ ਦਿੰਦੀਆਂ ਨੇ ਜੀ ਇਨਫਰਾ ਰੈਡ ਬੀ ਆਪਸ਼ਨ 49th ਜੀ ਬੀ ਆਪਸ਼ਨ ਨੈਕਸਟ ਦੇਖੋ ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜਾ ਬਾਇਓਮਾਸ ਵਿੱਚ ਸ਼ਾਮਿਲ ਨਹੀਂ ਹੈਗਾ ਇਹਨਾਂ ਦੇ ਵਿੱਚੋਂ ਕਿਹੜਾ ਬਾਇਓਮਾਸ ਮਤਲਬ ਜਿੰਨੇ ਤੋਂ ਆਪਾਂ ਬਾਇਓਗੈਸ ਬਣਾਉਂਦੇ ਆ ਠੀਕ ਹੈ ਇਹਨਾਂ ਦੇ ਵਿੱਚੋਂ ਕਿਹੜਾ ਇਹਦੇ ਵਿੱਚ ਯੂਜ਼ ਨਹੀਂ ਕੀਤਾ ਜਾਂਦਾ ਠੀਕ ਹੈ ਏ ਇਹ ਲੱਕੜੀ ਬੀ ਇਹ ਗੋਬਰ ਗੈਸ ਸੀ ਇਹ ਗਲੇਸੜੇ ਪੌਦੇ ਡੀ ਇਹ ਨਿਊਕਲੀਅਰ ਠੀਕ ਹੈ ਤਾਂ ਇਹਦੇ ਵਿੱਚੋਂ ਕਿਹੜੀ ਚੀਜ਼ ਆਪਾਂ ਯੂਜ਼ ਨਹੀਂ ਕਰਦੇ ਬਾਇਓਮਾਸ ਲੱਕੜੀ ਵੀ ਆਪਾਂ ਯੂਜ਼ ਕਰਦੇ ਆਂ ਜੀ ਠੀਕ ਹੈ ਗੋਬਰ ਗੈਸ ਵੀ ਯੂਜ਼ ਕਰ ਸਕਦੇ ਆਂ ਘਰੇਲੂ ਸਾਰੇ ਪੌਦੇ ਵੀ ਯੂਜ਼ ਕਰ ਸਕਦੇ ਆਂ ਪਰ ਨਿਊਕਲੀਅਰ ਨਿਊਕਲੀਅਰ ਊਰਜਾ ਜਿਹੜੀ ਨਿਊਕਲੀਅਰ ਦਾ ਜੋ ਵੀ ਪਾਰਟ ਲੈਣੇ ਆ ਹਨਾ ਉਹਨਾਂ ਨੂੰ ਆਪਾਂ ਬਾਇਓਮਾਸ ਦੇ ਵਿੱਚ ਸ਼ਾਮਿਲ ਨਹੀਂ ਕਰਦੇ ਠੀਕ ਹੈ ਜੀ ਉਹਨਾਂ ਨੂੰ ਆਪਾਂ ਬਾਇਓਮਾਸ ਸ਼ਾਮਿਲ ਨਹੀਂ ਕਰਦੇ ਤਾਂ ਇਹਦਾ ਰਾਈਟ অপਸ਼ਨ ਆਪਣੇ ਕੋਲ ਕੀ ਆਏਗੀ ਟੀ ਠੀਕ ਹੈ ਜੀ ਕਲੀਅਰ ਤਾਂ ਇੱਥੇ ਤੱਕ ਤੁਹਾਡੇ 50 ਕੁਐਸਚਨਸ ਨੇ ਜਿਹੜੇ ਉਹ ਆਪਣੇ ਕੋਲ ਕੰਪਲੀਟ ਹੋ ਗਏ ਨੇ ਠੀਕ ਹੈ ਜੀ ਤੇ ਤੁਸੀਂ ਇਸ ਵੀਡੀਓ ਨੂੰ ਮੈਕਸਿਮਮ ਤੋਂ ਮੈਕਸਿਮਮ ਸ਼ੇਅਰ ਐਂਡ ਲਾਈਕ ਕਰਨਾ ਠੀਕ ਹੈ ਜੀ ਥੈਂਕ ਯੂ ਥੈਂਕ ਯੂ एवरीवन